मैं तो पिट पिट मर गया। मैं ये कह रहा ਤੁਹਾਡੀ ਰਿਪੋਰਟਾਂ ਦਾ ਕੀ ਬਣਦਾ? ਮੈਂ ਕਹਿ ਹੀ ਸਕਦਾ ਨਾ, ਬਿਲਕੁਲ ਬਿਲਕੁਲ, ਮੈਂ ਮੇਰੇ ਹੱਥ ਪਾਵਰ ਤਾਂ ਨਹੀਂ ਨਾ, ਬਿਲਕੁਲ ਬਿਲਕੁਲ, ਕਿ ਵੀ ਜੇ ਅਸੀਂ ਸਾਡੀ ਪਾਵਰ 'ਚ ਆ ਗਏ ਡਾਕਟਰ ਜੋਲ ਦੀ ਰਿਪੋਰਟ ਨੂੰ ਰਿਪੋਰਟ ਕਰਕੇ ਅਸੀਂ ਆਪਣਾ ਇੰਪਲੀਮੈਂਟ ਕਰਾਂਗੇ। ਮੈਂ 2002 ਦੇ ਵਿੱਚ ਰਿਪੋਰਟ ਰਿਵਾਈਜ਼ ਕਰਕੇ ਦੇਤੀ, 6 ਮਹੀਨੇ ਰਿਪੋਰਟ ਦੇਤੀ ਕਰਕੇ। ਮੇਰਾ ਤਕਰੀਬਨ ਕੰਮ 2012-14 ਅਕਸਫੋਰਡ ਇੰਡਸਟਰੀ ਦੇ ਉਹਨਾਂ ਦੇ ਨਾਲ ਮੇਰੇ ਨਾਲ ਸੀਗੇ, ਮੇਰੀ ਇਕੱਲੇ ਰਿਪੋਰਟ ਨਹੀਂ ਉਹ। ਜੀ ਜੀ ਜੀ। ਫਿਰ ਉਹਦੇ ਨਾਲ ਮੈਂ ਕੁਝ ਤਕਰੀਬਨ 100 ਬੰਦੇ ਨੂੰ ਕੰਸਲਟ ਕੀਤਾ, ਨਾਲ ਕਰਕੇ ਰਿਪੋਰਟ ਦਿੱਤੀ। ਉਹਦਾ ਵਰਕਾ ਨਹੀਂ ਥੱਲਿਆ ਇਹਨਾਂ ਨੇ, ਉਹ ਜਾ ਕੇ ਜਦ ਐਗਰੀਕਲਚਰ ਮਿਨਿਸਟਰੀ ਕੋਲ ਆਇਆ ਤਾਂ ਮੈਂ ਕਿਤੇ ਬਾਹਰ ਕੰਸਲਟੈਂਸੀ 'ਤੇ ਗਿਆ ਸੀ, ਮਗਰੋਂ ਸਾਡੀ ਗੌਰਮੈਂਟ ਨੇ, ਪੰਜਾਬ ਗੌਰਮੈਂਟ ਕੀ ਜਿਹੜਾ FCD ਸੀਗਾ ਅਤੇ ਇੱਕ ਹਿੰਮਤ ਸਿੰਘ ਸੀਗਾ, ਇਹ ਚਲੇ ਗਿਆ। ਮੀਟਿੰਗ ਸੈਕਟਰੀ ਨੇ ਕਾਲ ਕੀਤੀ, ਇੱਕ ਸਵਾਲ ਦਾ ਜਵਾਬ ਨਹੀਂ ਦਿੱਤਾ। ਅੱਛਾ, ਕੈਂਸਲ ਸਾਰਾ ਕੁਝ, ਉਹ ਕੰਮ ਖਤਮ ਹੋ ਗਿਆ, ਪੋਲੀਟੀਕਲ ਪ੍ਰੋਸੈਸ ਨਹੀਂ ਹੋਇਆ। ਜਵਾਬ ਇੰਨੇ ਫਿਰ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਾਹਦੇ ਅਫਸਰ, ਜਾਣ ਬੁੱਝ ਕੇ ਦਿੱਤਾ ਮੈਨੂੰ ਪੁੱਛੋ ਤਾਂ। ਅੱਛਾ, ਗੱਲ ਇਹ ਸਵਾਲ ਤਾਂ ਆ ਕਿਉਂਕਿ ਮੇਰੀ ਸਕੀਮ ਸੀ, ਜੈਲਸ ਵੀ ਮਾਰ ਆਹ ਪ੍ਰੋਬਲਮ ਨਹੀਂ, ਇਹ ਨਹੀਂ ਦੇਖਦੇ ਫਾਰਮਰ ਦਾ ਕਿੰਨਾ ਨੁਕਸਾਨ ਕਰਦਾ, ਮੈਂ ਇਕੱਲਾ ਬੈਠਾ ਕੀ ਕਰੀ ਜਾਵਾਂ ਜੀ, ਸਮਝੇ ਨਾ। ਉੱਥੇ ਤੱਕ ਤਾਂ ਮੈਂ ਪਹੁੰਚਾ ਦਿੱਤਾ ਉਹ, ਫਿਰ ਮੈਂ ਵਰਲਡ ਬੈਂਕ ਨਾਲ ਪ੍ਰੋਜੈਕਟ ਬਣਾਇਆ, $2 million ਦਾ ਪ੍ਰੋਜੈਕਟ ਸੀਗਾ। ਅੱਛਾ ਜੀ। ਉਹ ਪ੍ਰੋਜੈਕਟ ਦੇ ਨਾਲ ਮੈਂ ਉਹਨੂੰ ਸਬਮਿਟ ਕਰਾ ਕੇ ਮੁੰਡੇ ਆਪਣੇ ਵਰਲਡ ਬੈਂਕ ਦੇ ਵਿੱਚ ਸੀਗੇ, ਉਹਨਾਂ ਨੂੰ ਮੈਂ ਕਿਹਾ ਵੀ ਚਲੋ ਤੁਸੀਂ ਪੈਸੇ ਦਿਓ ਸਾਨੂੰ, ਅਸੀਂ ਰਿਸਰਚ ਐਕਸਟੈਂਸ਼ਨ ਅਤੇ ਮਾਰਕੀਟਿੰਗ ਜਿਹੜੀ ਆ ਉਹਨੂੰ ਇੰਪਰੂਵ ਕਰਾਂਗੇ। ਉਹ ਮੰਨ ਗਏ, ਵੈਟਿੰਗ ਕਰਵਾ ਲਈ। ਜਦ ਮੈਂ ਸਬਮਿਟ ਕਰਨ ਨੂੰ ਪਤਾ ਸੀਗਾ ਤਾਂ ਅਮਰਿੰਦਰ ਸਿੰਘ ਨੇ ਬਿਜਲੀ ਫਰੀ ਕਰਤੀ 5 ਏਕੜ ਦਾ। ਅੱਛਾ, ਹੁਣ ਜਦ ਤੁਸੀਂ ਬਿਜਲੀ ਫਰੀ ਦਿੰਦੇ ਹੋ ਤਾਂ ਤੁਹਾਨੂੰ ਵਰਲਡ ਬੈਂਕ ਪੈਸੇ ਕਿੱਦਾਂ ਦੂੰਗਾ? ਕਿੱਦਾਂ ਦੇਊਗਾ? ਹੈਂ। ਅੱਛਾ, ਫਿਰ ਮੈਂ ਉਹਨੂੰ ਕਿਹਾ ਚੱਲ ਤੂੰ 5 ਏਕੜ ਤਾਂ ਕਰਤੀ ਆ, ਮੈਂ ਫਿਰ ਕਰਦਾ। ਅਤੇ ਉਹਨਾਂ ਨੂੰ ਕਿਹਾ ਵੀ ਅਸੀਂ ਕ੍ਰੋਸ ਸਬਸਿਡੀ ਕਰਨੀ ਹੈ, ਵੀ ਅਸੀਂ ਵੱਡਿਆਂ ਤੋਂ ਲਵਾਂਗੇ ਛੋਟਿਆਂ ਦੇ ਦਿਆਂਗੇ। ਤਾਂ ਹੀ ਪਤਾ ਹਫ਼ਤਾ ਵੀ ਲੱਗਿਆ, ਹੁਣ ਸਾਰੀ ਫਰੀ ਕਰਤੀ, ਮੇਰਾ ਸਾਰਾ ਵੀ ਪ੍ਰੋਡਕਟ ਹੋ ਗਿਆ। ਅੱਛਾ, ਯਾਨੀ ਮੈਂ ਤਾਂ ਗੌਰਮੈਂਟ ਕ੍ਰੋਸ ਐਂਡ 'ਤੇ ਕੰਮ ਕਰਦੇ ਰਿਹਾ, ਮੈਂ ਕੁਛ ਕਰਦਾ ਰਿਹਾ, ਗੌਰਮੈਂਟ ਉੱਤੇ ਪਾਣੀ ਫਿਰਦੀ ਰਹੀ ਹੈ। ਦੇਖੋ, ਮੈਂ ਤਕਰੀਬਨ 2 ਦਰਜਨ ਕੰਟਰੀਜ਼ ਨੂੰ ਪੋਲਿਸੀ ਐਡਵਾਈਸ ਦਿੱਤੀ ਹੈ ਜੀ, ਉਹਨਾਂ ਨੇ ਪੋਲਿਸੀ ਇਹਨਾਂ ਨੇ ਪਾਰਲੀਮੈਂਟ ਲਿਆ ਜਨਰੇਟ ਕੀਤੀ ਹੈ। ਚਾਈਨਾ ਵਰਗੀ ਕੰਟਰੀ ਨੂੰ ਮੈਂ ਪੋਲਿਸੀ ਦਿੱਤੀਆਂ। ਅੱਛਾ ਜੀ। USSR ਅਤੇ ਰਸ਼ੀਆ ਨੂੰ ਮੈਂ ਪੋਲਿਸੀਆਂ ਦਿੱਤੀਆਂ, ਉਹਨਾਂ ਨੇ ਮੰਨੀਆਂ, ਮੈਨੂੰ ਸਾਰੇ ਮੰਨਦੇ ਆ। ਚਾਈਨਾ ਨੇ ਤਾਂ ਮੈਨੂੰ ਇੱਕ ਇੱਥੋਂ ਮੈਨੂੰ ਸੱਦਿਆ, ਉਹਨੇ ਆਪਣਾ ਯੂਨਾਈਟਿਡ ਸ਼ੈਫੇ ਤੋਂ 15-16 ਐਕਸਪਰਟ ਮੰਗੇ ਐਗਰੀਕਲਚਰ ਦੀ ਪੋਲਿਸੀ ਦੇ, ਮੇਰਾ ਨਾਮ ਵੈਸੇ ਉਹਨੇ ਮੈਨੂੰ ਸਿਲੈਕਟ ਕੀਤਾ ਜੀ। ਇੱਥੋਂ ਮੈਂ ਗਿਆ, ਸਵੇਰ ਨੂੰ ਮੀਟਿੰਗ ਸ਼ੁਰੂ ਹੋਈ, ਉਹਨਾਂ ਦਾ ਐਗਰੀਕਲਚਰ ਮਿਨਿਸਟਰ ਆਇਆ ਜੀ, 40-45 ਸੀਗੇ ਪੋਲਿਸੀ ਮੇਕਰ ਅਰਾਊਂਡ ਟੇਬਲ 'ਤੇ ਤਾਂ ਬੈਠੇ ਆ। ਉਹ ਬੰਦਾ 2.5 ਮਿੰਟ ਬੋਲਿਆ, ਉਹ 3 ਨੇ ਬੋਲਿਆ ਜੀ। ਮੇਰੇ ਹਵਾਲੇ ਕਰਤਾ, ਮੈਂ 9 ਵਜੇ ਤੋਂ ਲੈ ਕੇ 1 ਵਜੇ ਤੱਕ ਵਰਲਡ ਨੂੰ ਲਗਾਤਾਰ 4-5 ਘੰਟੇ ਬੋਲੇ, 4 ਘੰਟੇ ਮੈਂ ਅਰਾਊਂਡ ਕੁਛ ਮੈਂ ਲਿਖ ਕੇ ਵੀ ਲਿਖਿਆ ਸੀ, 4 ਘੰਟੇ ਮੈਂ ਉਹਨਾਂ ਨੂੰ ਜੇ ਵਰਲਡ ਰਾਊਂਡ ਸੱਦੇ ਤੁਹਾਨੂੰ ਕੀ ਰੈਲੀਵੈਂਟ ਹੈ ਕੀ ਨਹੀਂ ਰੈਲੀਵੈਂਟ ਹੈ ਉਹ ਸਭ ਦੱਸ, ਅਤੇ ਉਹ ਨੋਟ ਕਰੀ ਗਏ। ਮੈਨੂੰ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਆਪਣਾ 1 ਵਜੇ ਤੱਕ, 1 ਤੋਂ 2 ਤਾਂ ਹੀ ਖਾਣਾ ਖਾਧਾ ਵੀ ਇਨਫੋਰਮਲ ਜੀ, ਅਤੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਮੈਨੂੰ ਉਹਨੇ ਭਰਵੇਂ ਸਵਾਲ ਕੀਤੇ, ਮੈਂ ਉਹਨੂੰ ਜਵਾਬ ਦਿੱਤੇ, ਸੈਟਿਸਫਾਈ ਹੋਏ, ਉਹ ਮਤਲਬ ਤਸੱਲੀ ਹੋ ਗਈ, ਤਸੱਲੀ ਹੋ ਗਈ। ਮੈਨੂੰ ਕਹਿੰਦੇ ਹੁਣ ਤੁਸੀਂ ਜਾ ਸਕਦੇ ਹੋ। ਮੈਂ ਰਾਤ ਨੂੰ ਜਹਾਜ਼ ਫੜਿਆ ਤਾਂ ਆ ਗਿਆ, 1 ਦਿਨ ਦੇ ਵਿੱਚ ਉਹਨੇ ਨਿੰਬੂ ਵਾਂਗ ਨੂੰ ਜੋੜ ਲਿਆ। ਇਹ ਹੁੰਦੀਆਂ ਨੇ ਸਰਕਾਰਾਂ, ਬਿਲਕੁਲ ਬਿਲਕੁਲ ਬਿਲਕੁਲ, ਇੱਕ ਪਾਸੇ ਤਾਂ ਆਹ ਲੈਵਲ ਹੈ ਜਿਨ੍ਹਾਂ ਨੇ ਕਰਨਾ ਹੈ, ਦੂਜੇ ਪਾਸੇ ਕਰਕਾ ਜੋਗੀ ਜੋਗੜਾ, ਮੇਰੀ ਇਹਨਾਂ ਨੇ ਇੱਕ ਗੱਲ 100 ਖਾਣ ਨੂੰ ਗੱਲ ਨਹੀਂ ਸੁਣੀ, ਕਿਸੇ ਰਿਪੋਰਟ ਦਾ ਵਰਕਾ ਨਹੀਂ ਥੱਲਿਆ ਇਹਨਾਂ ਨੇ। ਆਹ ਗੌਰਮੈਂਟ ਤਾਂ ਬਿਲਕੁਲ ਹੀ ਆਫ ਹੋਈ ਹੋਈ ਹੈ, ਹਾਲਾਂਕਿ ਭਗਵੰਤ ਮਾਨ ਨੂੰ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, PPBS ਦੇ ਆਪਣਾ ਪੀਪਲ ਪਾਰਟੀ ਇਕੱਠੇ ਕੰਮ ਕੀਤਾ, ਔਰ ਮੈਨੂੰ ਅੰਕਲ ਜੀ ਕਹਿ ਕੇ ਬੁਲਾਉਂਦਾ ਉਹ। ਜਦ ਦੂਜੀ ਵਾਰੀ ਇਲੈਕਟ ਹੋਇਆ ਇੱਥੋਂ MP, ਤਾਂ ਮੈਨੂੰ ਟੈਲੀਫੋਨ ਰਾਤ ਨੂੰ ਆਇਆ, ਅੰਕਲ ਜੀ ਥੋਟਸ ਤੁਹਾਡੇ ਤਾਂ ਜਵਾਨ ਮੇਰੀ ਪਾਰਲੀਮੈਂਟ 'ਚ, ਇਹ ਉਹਨੇ ਗੱਲ ਕਹੀ ਮੇਰੇ ਨਾਲ। ਅੱਛਾ, ਹੁਣ ਜ਼ਿਆਦਾ ਪਾਵਰ 'ਚ ਆ ਗਿਆ, ਮੈਂ ਹੁਣ ਮੁਬਾਰਕਾਂ ਦੀ ਚਿੱਠੀ ਦਿੱਤੀ, ਮੈਨੂੰ ਕਿਹਾ ਵੀ ਮੈਂ ਤਾਂ ਕੋਈ ਪੈਸਾ ਨਹੀਂ ਲੈਣਾ ਅਤੇ ਨਾ ਮੈਂ ਕੋਈ ਪੋਜੀਸ਼ਨ ਲੈਣੀ ਹੈ, ਲੇਕਿਨ ਜੇ ਮੇਰੀ ਤੁਹਾਨੂੰ ਤਾਂ ਮੈਂ ਆਇਆ ਅਵੇਲੇਬਲ। ਅੱਛਾ, ਔਫ ਹੈ, ਚਿੱਠੀ ਦਾ ਜਵਾਬ ਵੀ ਨਹੀਂ ਆਇਆ ਕੋਈ, ਪੁੱਛੋ ਜੀ। ਜਿੱਦਣ ਉਹ ਸ਼ੁਰੂ ਕਰਨ ਲੱਗੇ, ਮੈਨੂੰ ਕਿਹਾ ਸੀ ਉਹ ਨਾ ਕਰੋ, ਤੁਹਾਡਾ ਟਾਈਮ ਖਰਾਬ ਹੋਣਾ, ਗਵਰਨਮੈਂਟ ਨੇ ਕੱਖ ਨਹੀਂ ਦੇਣਾ, ਮਿਨਿਸਟਰ ਬੈਠਾ ਹੀ ਮੂੰਹ 'ਤੇ ਕਿਹਾ। ਅੱਛਾ, ਸੋ ਅਸੀਂ ਗੱਲ ਪੰਜਾਬ ਦੀ ਕਰਾਂਗੇ, ਮੇਰੇ ਨਾਲ ਹੈਗੇ ਨੇ ਸਰਦਾਰਾ ਸਿੰਘ ਜੋਲ, ਜੋ ਕਿ ਉੱਗੇ ਅਰਥ ਸ਼ਾਸਤਰੀ ਨੇ, ਖੇਤੀਬਾੜੀ ਮਾਹਰ ਨੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਨੇ। ਬਾਪੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ 'ਤੇ। ਜੀ ਆਇਆਂ ਨੂੰ ਮੋਸਟ ਵੈਲਕਮ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ। ਬਾਪੂ ਜੀ, ਜਿਵੇਂ ਤੁਸੀਂ ਪੁਰਾਣਾ ਹਾਲਾਤ ਦੇਖੇ ਨੇ, ਤੁਸੀਂ ਵੱਡੇ ਅਹੁਦਿਆਂ 'ਤੇ ਵੀ ਰਹੇ ਹੋਏ ਹੋ, ਅਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਪੰਜਾਬ ਦੇ ਹਾਲਾਤ ਖਰਾਬ ਹੋਣ ਦੀ
चाल चली जा रही है की जा रही है ज वैसे नॉर्मल दो चार घटनावान ने जिन्होंने बड़ा वधा चढ़ा के दिखाया जा रहा और लोगों के अंदर एक डर पाया जा रहा। देखो गल यह है जी भी पंजाब के हालात अज नहीं बिगड़े जी, ये बहुत देर तो यह हौली 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 सारिया पार्टियां जड़िया ने वो सैल्फ सेंटर रही हैं अपने पैसे कमाते लगिया रही हैं और पंजाब का उन्हें दर्द नहीं लेकिन केंद्र कुछ ही करते कुछ रेंगे जी। तो इस करके एक कोई एक पार्टी ज एक बंद जिम्मेवार नहीं डराया जा सकता, ये सारे सिस्टम जो जिम्मेदार बना डराया सकता जिन्होंने रिस्पेक्ट ऑफ द पार्टी वो जोड़े अज असी इतने पहुंचे हैं जी। इस सरकार से बड़िया आसा सगिया कि लोगों एक बदल चाहिए सी और इस करके उन्होंने देखा ही नहीं अगर पिछा क्योंकि उन्होंने अकालिया वोट नहीं सी पानी कांग्रेस को वोट नहीं सी पानी तो फिर इन्होंने को ऑप्शन यही बचा ऑप्शन सी और इन्होंने तो बहुत उम्मीदा लाइया सगिया और भगवंत मान जो पहले बोलता रहा सब कुछ करता रहा और दो बारी एम पी भी इलैक्ट होया वो जो एक इंप्रैशन बनया जो उस फेस में भी लोगों ने वोटा पाइया शक ने लेकिन टेक ओवर करने तो बाद मैं समझता भी भगवंत मान की जी इंडिपेंडेंस वो खत्म हो गई जी। वो जो केजरीवाल करना चाहता कहता चाहता कहता कुछ ही हो रहा नतीजा यह आज कि पंजाब में उन्होंने बिल्कुल इग्नोर किया हो प्रोपेगेंडा बहुत है असलियत नहीं है वो हूँ जो पंजाब दी प्रॉब्लम उन्होंने वाल तो ध्यान पूरी तरह जी असली प्रॉब्लम उन्होंने वाल ध्यान नहीं है जी 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 लेकिन हिमाचल अपने गुजरात अपने राजस्थान च इन जाके जड़िया मतलब जड़िया पंजाब दी प्रोग्रेस दिखाया एक मैं नहीं रखता प्रोग्रेस भी झूठिया ने जी 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 मैं समझदा कि जिनी स्ट्रोंगेस्ट अज तक किसी को कोई एम्बेंडेड बनया तो इन्हों मिले लेकिन ये वीकेस्ट गौरमेंट है सब तो कमजोर गौरमेंट आई है ये हौसले ने रसीए नहीं ले सकते जी। हुण देखो जो देखा जाए तो पंजाब दे विच जिहड़ियां प्रॉब्लम ने अनइंप्लॉयमेंट की प्रॉब्लम है बहुत वड्डी प्रॉब्लम है गौरमेंट दीआं जॉब्स किन्नियां दे लोगे तुसीं बिल्कुल जे तुसीं एक लख जॉब भी दे रहे हो तो पंजाब दी जिहड़ी अनइंप्लॉयमेंट प्रॉब्लम सॉल्व नहीं होणी जिनी देर प्राइवेट सैक्टर डिवेल करके इंडस्ट्री सर्विसिज जहाँ तक उन्होंने डिमांड पैदा नहीं होंगी उन्नी देर पंजाब की प्रॉब्लम सॉल्व नहीं होनी पर इंडस्ट्री लगन लिए होता ना कि माहौल ठीक होना चाहिए पर गैंगवारा मैं थोड़ा उही गल कर रहा कि जरूरी है वो लिए माहौल चाहिए है तो देखो जब कोई टेक्नोलॉजी इंप्रूवमेंट होंगी है तो साढ़े तीन सैक्टर होंगे प्राइमरी सैक्टर एग्रीकल्चर जी तो इंडस्ट्री सैक्टर तो सर्विस सैक्टर जी कोई भी टेक्नोलॉजी जब इंप्रूव होंगी है तो वह जो एग्रीकल्चर सैक्टर है उस लेबर सरप्लस हो जाती है समझे ना वो डिमांड जरूर पैदा होंगी जड़िया इंडस्ट्री और सर्विस उन्होंने डिमांड पैदा होंगी एको डिमांड पैदा करते हैं एको जी उन्हों लेबर सरप्लस हो जाती है जे अगे वो दोनों सैक्टर ना डिवेलप हुए हो इंडस्ट्री और वो लेबर जी अबजॉर्ब नहीं होंगी उन्हें स्लम्स पैदा हो जाते हैं डिस्टेंस पैदा हो जाती है दो इफेक्ट होंगे जे तो बाहर जॉब्स अच्छी ने इंडस्ट्री डिवेलप्ड है तो फिर तो वो एक पुल इफेक्ट हो जाता खिंचदा वो लेबर नूं तो जे फर्ज किया उधर ना हो तो उतो अनइंप्लॉयमेंट हो जाए वो फिर धक्कियां जाते बाहर साडा वो सिस्टम है सो एग्रीकल्चर के टेक्नोलॉजी इंप्रूवमेंट हुई है लेकिन जिते जो अपना सर्विस सेंटर से सर्विस सैक्टर से उसके इंप्लॉयमेंट क्रिएट नहीं हुई चलो इस गवर्नमेंट एक अपने टाटा नूं इनवाइट किया इट इज़ गुड थिंग लेकिन मेरे ख्याल में एक अद्धी ने गल नहीं बननी जी असी साडा एक सिस्टम बन गया असी कारपोरेट नूं करी जाने वो लुट लिया ये लुट लिया वो लुट लिया जिनी दी भी इनवैसटमेंट तो वह करूँगा जिहदे कोल पैसा पैसा जी पैसा हुण असी तो नहीं करना ना इन्हां लीडर ने करना ना जिहड़े अशाला मारते फिरते उन्होंने करना ना शायर ने करना ना राइटर ने लिखना वो पैसे बड़े ने करना बिल्कुल इनवायरमेंट पैदा नहीं करते इनवैसटमेंट नहीं होंगी इनवैसटमेंट नहीं होंगी ग्रोथ नहीं होंगी उन्हें इंप्लॉयमेंट नहीं मिलती लोग अनइंप्लॉयमेंट हो रही है हम तुम देखो जिन्हें यूरोप के कंट्री ने जिन्हें अमेरिका हैगी ईवन चाइना हैगा जापान हैगा इतने कर बड़बड़िया कारपोरेशन काम कर दी
ਉਹ ਸਿਰਫ ਆਪਣੇ ਲੋਕਾਂ ਨੂੰ ਇੰਪਲਾਇਮੈਂਟ ਦਿੰਦੇ ਆ, ਤੁਹਾਨੂੰ ਵੀ ਅਟਰੈਕਟ ਕਰਦੇ ਆ। ਇੱਥੇ ਬਹੁਤ ਕੁਛ ਆ ਰਿਹਾ ਬਣ ਬਣ ਕੇ। ਮੇਰਾ ਕਹਿਣ ਤੋਂ ਮਤਲਬ ਕਿ ਇੰਡਸਟਰੀ ਨੂੰ ਵੱਡੀਆਂ ਘਰਾਣਿਆਂ ਨੂੰ ਤੁਸੀਂ ਨਫ਼ਰਤ ਕਰਨੀ ਜਾਂ ਉਹਨਾਂ ਵਾਸਤੇ ਇਨਵਾਇਰਮੈਂਟ ਪੈਦਾ ਨਾ ਕਰਨੀ, ਤੁਸੀਂ ਆਪਣੇ ਪੈਰਾਂ 'ਤੇ ਖੁਆੜਾ ਮਾਰੀ ਜਾ ਰਹੇ ਹਾਂ, ਸਮਝ ਰਹੇ ਜੀ। ਇੱਕ ਤਾਂ ਇਹ ਹੈ, ਦੂਜੀ ਗੱਲ ਇਹ ਹੈ ਕਿ ਲਾ ਐਂਡ ਆਰਡਰ ਹੈ ਨਹੀਂ ਇੱਥੇ। ਅੱਗੇ ਨਾ ਵਰਸਟ ਹੋਇਆ, ਜਾਣੀ ਗੈਂਗਸਟਰ ਤੁਸੀਂ ਪੜ੍ਹਦੇ ਹੋ, ਆਹ ਮਾਰ ਲਿਆ, ਉਹ ਫੜ ਲਿਆ, ਉਹ ਜਿੱਦਾਂ ਕਾਕਰੋਚਾਂ ਨਿਕਲਦੀ ਉਹਦੇ ਫੜੀ ਜਾਂਦੇ। ਇਹ ਵੀ ਸਵਾਲ ਹੈ ਕਿ ਇਹ ਸਟੇਟ ਗੈਂਗਸਟਰ ਦੀ ਹੈ, ਇਹ ਗੈਂਗਸਟਰ ਹੈਗੇ ਆ ਜਾਂ ਬਣਾਏ ਜਾਂਦੇ, ਇਹ ਮੈਂ ਨਹੀਂ ਕਹਿ ਸਕਦਾ ਜੀ। ਲੇਕਿਨ ਕਹਿਣ ਮੇਰਾ ਕਹਿਣ ਤੋਂ ਮਤਲਬ ਇੰਨੇ ਗੈਂਗਸਟਰ ਕਿੱਥੋਂ ਆ ਗਏ, ਬਿਲਕੁਲ ਨਿਕਲਦੇ ਆ ਬਿਲਕੁਲ। ਫਿਰ ਇਹ ਦੋ ਬੰਦੇ ਇਹਨਾਂ ਦੇ, ਇੱਕ ਉਹ ਜਿਹੜਾ ਬਾਹਰ ਬੈਠਾ ਬਰਾੜ, ਹਾਂਜੀ, ਅਤੇ ਇੱਕ ਇੱਥੇ ਜਿਹੜਾ ਹੈਗਾ ਬਿਸ਼ਨੋਈ। ਬਿਸ਼ਨੋਈ ਜਿਹੜੀ ਵਾਰਦਾਤ ਹੁੰਦੀ ਉਹਨਾਂ ਦੇ ਨਾਂ 'ਤੇ ਲਾਉਂਦੇ ਆ, ਇਹ ਉਹ ਇੰਨੇ ਬਈ ਪਾਵਰਫੁਲ ਹੋ ਗਿਆ ਇੱਥੇ ਦੇ, ਕਿ ਬਾਹਰ ਬੈਠੇ ਜੇਲ੍ਹ 'ਚ ਬੈਠਾ ਕਿਸੇ ਨੂੰ ਕੰਟਰੋਲ ਨਹੀਂ ਕਰ ਸਕਦੀ। ਇਹ ਮੈਨੂੰ ਨਹੀਂ ਸਮਝ ਲੱਗਦੀ ਵੀ ਇਹ ਉਹ ਹਰ ਚੀਜ਼ 'ਤੇ ਜਦ ਉਹਨਾਂ ਦੇ ਨਾਂ 'ਤੇ ਪੈਂਦਾ, ਉਹਨਾਂ ਦਾ ਸਬੂਤ ਕੀ ਹੈ, ਕਿੱਥੋਂ ਸਬੂਤ ਆਉਂਦਾ ਉਹ? ਸੋ ਲੇਕਿਨ ਇਹ ਮੈਂ ਸਮਝਦਾ ਕਿ ਸਾਡੀ ਜਿਹੜੀ ਪੁਲਿਸ ਹੈ ਉਹ ਇਨਕੈਪੇਬਲ ਹੋ ਗਈ ਹੈ ਇਹਨਾਂ ਨੂੰ ਕੰਟਰੋਲ ਕਰਨ ਦੇ ਜੀ। ਦੂਜੀਆਂ ਡਰੱਗਸ ਨੇ, ਹੁਣ ਡਰੱਗਸ ਦੇ ਤਾਂ ਅੱਗੇ ਨਾ ਵੱਧਦਾ ਹੀ ਜਾਂਦਾ, ਜਿੰਨਾ ਫੜੇ ਜਾਂਦੇ ਉਹਨੇ ਵਧੀ ਜਾਂਦੇ, ਬਿਲਕੁਲ ਬਿਲਕੁਲ, ਸਮਝੇ ਨਾ। ਸੋ ਇਹ ਕਿੱਥੋਂ ਆਉਂਦੀ ਆ, ਕੀ ਸਿਸਟਮ ਹੈ ਇਹਦਾ, ਇਹਦਾ ਕਰਤਾ ਧਰਤਾ ਮਾਲਕ ਕੌਣ ਹੈ, ਇਹਦੀ ਇਸ ਕਰਪਸ਼ਨ ਦੀ ਮਾਂ ਕਿੱਥੇ ਹੈ, ਉਹ ਗੱਲ ਤਾਂ ਉਧਰ ਚਾਹੀਦੀ ਹੈ। ਸੋ ਇਸ ਪਾਸਿਓਂ ਵੀ ਇਹ ਗੌਰਮੈਂਟ ਇੱਕ ਕਿਸਮ ਦੀ ਕਾਮਯਾਬ ਨਹੀਂ ਹੋਈ ਜੀ। ਹੁਣ ਐਗਰੀਕਲਚਰ ਸੈਕਟਰ ਦੇ ਵਿੱਚ ਕੀ ਪ੍ਰੋਬਲਮਾਂ ਨੇ ਜੀ? ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੀ ਇਹ ਰਾਈਸ ਦੀ ਕ੍ਰੋਪ ਜੀ। ਜਿੰਨੀ ਦੇਰ ਇਸ ਸਟੇਟ ਦੇ ਵਿੱਚੋਂ ਨਿਕਲਦੀ ਨਹੀਂ ਉਹਨਾਂ ਚਿਰ ਤੁਹਾਡਾ ਪੱਠਾ ਬੈਠਾ ਜਾਣਾ। ਪਰ ਮੈਂ ਅੱਜ ਝੋਨੇ ਦੇ ਨਾਲ ਇੱਕ ਚੀਜ਼ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹੂੰਗਾ। ਤੁਸੀਂ ਚੰਗੀ ਤਰ੍ਹਾਂ ਵਾਕਫ ਹੋ, ਡਾਕਟਰ ਦਲੇਰ ਸਿੰਘ ਲੁਧਿਆਣੇ ਦੇ ਰਹਿਣ ਵਾਲੇ ਨੇ, ਉਹਨਾਂ ਨੇ ਇੱਕ ਟੈਕਨੀਕ ਇਜਾਦ ਕੀਤੀ ਸੀ ਵੱਟਾਂ 'ਤੇ ਜਾਂ ਸਿੱਧੀ। ਮੈਨੂੰ ਪਤਾ ਉਹ ਸਿਸਟਮ ਸਾਰੇ ਦਾ, ਮੈਂ ਹੀ ਇਨਵੋਲਵ ਰਿਹਾ, ਮੈਂ ਹੀ ਉਹਨੂੰ ਪ੍ਰਮੋਟ ਕੀਤਾ ਜ਼ਰਾ ਜੀ। ਉਹ ਟੈਕਨੀਕ ਹੈਗੀ ਹੈ, ਕੋਈ ਸ਼ੱਕ ਨਹੀਂ, ਲੇਕਿਨ ਉਹਦੇ ਵਿੱਚ ਤਾਂ ਪਾਣੀ ਚਾਹੀਦਾ। ਨਹੀਂ ਪਰ ਉਹ ਕਹਿੰਦੇ ਵੀ 35-40% ਪਾਣੀ ਘੱਟ ਹੁੰਦਾ ਅਤੇ ਰੀਚਾਰਜ ਵੀ ਹੁੰਦਾ। ਦੇਖੋ ਜਿੰਨਾ ਵੀ ਤੁਸੀਂ ਕਰਦੇ ਪਾਣੀ ਤਾਂ ਸਾਡਾ ਜਿਹੜਾ, ਜੇ ਇਸ ਸਿਸਟਮ ਦੇ ਨਾਲ ਦੇਖਿਆ ਜਾਵੇ ਤਾਂ 1 ਮਿਲੀਅਨ ਹੈਕਟਰ ਤੋਂ ਜ਼ਿਆਦਾ, 10 ਲੱਖ ਹੈਕਟਰ ਤੋਂ ਜ਼ਿਆਦਾ ਜਾ ਕੇ ਤੁਸੀਂ ਰਾਈਸ ਨੂੰ ਗਰੋ ਕਰੋਗੇ ਤੁਹਾਡਾ ਪਾਣੀ ਥੱਲੇ ਚੜੂਗਾ। ਜਿਸ ਤਰੀਕੇ ਨਾਲ ਅਸੀਂ ਜਾ ਰਹੇ ਹਾਂ ਉਸ ਤਰੀਕੇ ਨਾਲ ਤਾਂ ਹੋਰ 10-15 ਸਾਲਾਂ ਨੂੰ ਸਾਨੂੰ ਪੀਣ ਨੂੰ ਪਾਣੀ ਨਹੀਂ ਮਿਲਣਾ। ਉਹ ਤਾਂ ਹਾਈ ਅਲਰਟ ਤਾਂ ਹੋ ਗਿਆ ਅਲਰਟ ਤਾਂ ਜੀ ਜੀ। ਅਤੇ ਗੌਰਮੈਂਟ ਇਸ ਪਾਸੇ ਨੂੰ ਧਿਆਨ ਨਹੀਂ ਦੇ ਰਹੀ, ਮਤਲਬ ਝੋਨਾ ਇੱਥੋਂ ਖਤਮ ਕਰਕੇ। ਇੱਕ ਪੋਲਿਸੀ ਇੰਨੀ ਮਤਲਬ ਨਾ ਸਮਝ ਪੋਲਿਸੀ ਆ ਕਿ ਜੀ ਮੋਟਰਾਂ ਦਾ ਲੋਡ ਵਧਾ ਦਿਓ, ਇਹਦਾ ਮਤਲਬ ਹੋਰ ਪਾਣੀ ਖਿੱਚੂ, ਮੋਟਰਾਂ ਹੋਰ ਲਾ ਦਿਓ, ਉਹਦਾ ਮਤਲਬ ਪਾਣੀ ਹੋਰ ਤੁਸੀਂ ਖਿੱਚੀ ਜਾ ਰਹੇ ਹੋ। ਫਿਰ ਤੁਸੀਂ ਬਿਜਲੀ ਫਰੀ ਕੀਤੀ ਹੋਈ ਹੈ, ਸਾਰੀ ਕੀਤੀ ਹੋਈ ਹੈ। ਇਹ ਠੀਕ ਹੈ ਕਿ ਫਾਰਮਰ ਨੂੰ ਸਬਸਿਡੀ ਲੋੜ ਹੈ, ਕੋਈ ਸੈਕਟਰ ਫਾਰਮ ਸੈਕਟਰ ਜਿਹੜਾ ਕਿਸੇ ਕੰਟਰੀ ਦਾ ਸਬਸਿਡੀ ਤੋਂ ਬਗੈਰ ਨਹੀਂ ਬਚਦਾ। ਪਰ ਤੁਸੀਂ ਦਿੰਦੇ ਕੀ ਹੈ ਸਬਸਿਡੀ, ਸਵਾਲ ਤਾਂ ਹੈ ਇੱਥੇ ਜੇ ਬਾਕੀ ਕੰਟਰੀ ਤੁਹਾਨੂੰ ਡਾਇਰੈਕਟ ਪੇਮੈਂਟ ਕਰਦੇ ਜੀ। ਮੈਂ ਇੱਕ ਗੱਲ ਤੁਹਾਨੂੰ ਇਹਦੇ ਨਾਲ ਜੋੜ ਲਾਂ, ਕਿਉਂਕਿ ਲੋਕਾਂ ਨੇ ਅਕਸਰ ਇਹ ਗੱਲ ਰਿਵਾਜ਼ ਬਣਿਆ ਹੋਇਆ ਪੁੱਛਣ ਦਾ ਕਿ ਜਦੋਂ ਤੁਸੀਂ ਸਰਵਿਸ ਸੀ ਉਦੋਂ ਕੀ ਕੀਤਾ, ਪਹਿਲਾਂ ਕਿਉਂ ਨਹੀਂ ਬੋਲੇ? ਤਾਂ ਜਦੋਂ ਇਹ ਜਿਹੜੇ ਐਗਰੀਕਲਚਰ ਦੇ ਸੁਧਾਰਾਂ ਵਾਸਤੇ ਜਿਹੜੀ ਡਿਸਕਸ਼ਨ, ਮੈਂ ਅੱਜ ਦਾ ਨਹੀਂ ਬੋਲਦਾ ਜੀ ਜੀ ਜੀ, ਉਹੀ ਜਾਣਕਾਰੀ ਸਾਨੂੰ 1986 ਤੋਂ ਬੋਲ ਰਿਹਾ ਜੀ। 86 ਦੇ ਵਿੱਚ ਪਹਿਲੀ ਰਿਪੋਰਟ ਦਿੱਤੀ ਸੀ ਮੈਂ। ਕੀ ਸੀ ਉਸ ਰਿਪੋਰਟ ਦੇ ਵਿੱਚ? ਮੈਂ ਕਿਹਾ ਸੀ ਕਿ ਝੋਨੇ ਨੂੰ ਕਮ ਅਜ਼ ਕਮ ਜਾਂ ਤੁਸੀਂ 20% ਘੱਟ ਨਹੀਂ ਕਰਦੇ, ਤੁਹਾਡਾ ਪਾਣੀ ਦਾ ਬੈਲੈਂਸ ਨਹੀਂ ਹੁੰਦਾ। ਓਕੇ, ਤੁਸੀਂ ਡੈਜ਼ਰਟ ਟਾਈਪ ਨੂੰ ਜਾ ਰਹੇ ਹਾਂ। ਉਦੋਂ ਤੁਸੀਂ ਕਿਸ ਅਹੁਦੇ ਤੇ ਸੀ? ਉਦੋਂ ਮੈਂ ਵਾਈਸ ਚਾਂਸਲਰ ਸੀਗਾ ਪੰਜਾਬੀ ਯੂਨੀਵਰਸਿਟੀ 'ਚ। ਠੀਕ ਹੈ। ਮੈਂ ਇੱਕ ਰਿਪੋਰਟ ਦਿੱਤੀ ਡਾਇਵਰਸੀਫਿਕੇਸ਼ਨ ਦੇ, ਠੀਕ ਹੈ, ਕਿ ਕ੍ਰੋਪ ਨੂੰ ਡਾਇਵਰਸੀਫਾਈ ਕਰੋ, ਝੋਨੇ ਨੂੰ ਘਟਾਓ, 20% ਘਟਾਓ। ਜਾਂ ਮੈਂ ਦੂਜੀ ਰਿਪੋਰਟ ਸੀ 2002 ਦੇ ਵਿੱਚ, ਉਹਦੇ ਵਿੱਚ ਕਿਹਾ ਸੀ ਅਤੇ ਕਮ ਅਜ਼ ਕਮ ਤੁਸੀਂ 1 ਮਿਲੀਅਨ ਹੈਕਟੇਅਰ ਜਿਹੜਾ ਆ 10 ਲੱਖ ਹੈਕਟੇਅਰ ਦੇ ਘੱਟ ਕਰੋਗੇ ਤਾਂ ਤੁਹਾਡਾ ਪਾਣੀ ਬੈਲੈਂਸ ਹੋਊਗਾ ਜੀ। ਹੁਣ ਮੈਂ ਕਹਿੰਦਾ ਕਿ ਤੁਸੀਂ ਕੱਢ ਨਹੀਂ, ਤੁਸੀਂ ਹਟੇ ਹੀ ਨਹੀਂ, ਹੁਣ ਤਾਂ ਬਹੁਤ ਅੱਗੇ ਨਿਕਲ, ਤੁਸੀਂ ਹਟੇ ਹੀ ਨਹੀਂ, ਤੁਸੀਂ ਉਹਦੇ ਧਿਆਨ ਹੀ ਨਹੀਂ ਦਿੱਤਾ। ਮੈਂ ਤਾਂ ਪਿੱਟ ਪਿੱਟ ਮਰ ਗਿਆ, ਮੈਂ ਆਈਆ ਕਹਿ ਰਿਹਾ ਤੁਹਾਡੀਆਂ ਰਿਪੋਰਟਾਂ ਦਾ, ਮੈਂ ਕਹਿ ਹੀ ਸਕਦਾ ਨਾ, ਬਿਲਕੁਲ ਬਿਲਕੁਲ, ਮੈਂ ਮੇਰੇ ਹੱਥ 'ਚ ਪਾਵਰ ਤਾਂ ਨਹੀਂ ਨਾ, ਬਿਲਕੁਲ ਬਿਲਕੁਲ। ਹੁਣ ਮੈਨੂੰ ਕਹਿੰਦਾ ਝੋਨੇ ਜੇ ਤੁਸੀਂ ਕੱਢਣਾ ਇੰਨਾ ਚੁੱਕ, ਤੁਹਾਡਾ ਕੱਖ ਨਹੀਂ ਬੈਠਣਾ, ਤੁਸੀਂ ਤਾਂ ਉਸ ਲੈਵਲ 'ਤੇ ਆ ਗਏ ਹਾਂ। ਝੋਨੇ ਰਿਪੋਰਟਾਂ ਦਾ ਕੀ, ਕਿਸੇ ਨੇ ਭੜਕਾ ਨਹੀਂ ਥੱਲਿਆ, ਉਹ ਸਿੱਟਤੀਆਂ ਡਸਟਬਿਨ 'ਚ? ਡਸਟਬਿਨ ਹੀ ਗਈਆਂ, ਕਿਸੇ ਉਹਦਾ ਮੈਨਸ਼ਨ ਹੀ। ਜਦ ਅਮਰਿੰਦਰ ਸਿੰਘ ਨੇ 2002 ਦੀ ਇਲੈਕਸ਼ਨ ਲੜੀ ਸੀ, ਉਹਦਾ ਇੱਕ ਮੁੱਦਾ ਬਣਾਇਆ ਸੀ ਉਹਨੇ ਕਿ ਵੀ ਜੇ ਅਸੀਂ ਸਾਡੀ ਪਾਵਰ 'ਚ ਆ ਗਏ, ਡਾਕਟਰ ਜੋਲ ਦੀ ਰਿਪੋਰਟ ਨੂੰ ਰਿਪੋਰਟ ਕਰਕੇ ਅਸੀਂ ਆਪਣਾ ਇੰਪਲੀਮੈਂਟ ਕਰਾਂਗੇ। ਮੈਂ 2002 ਦੇ ਵਿੱਚ ਰਿਪੋਰਟ ਰਿਵਾਈਜ਼ ਕਰਕੇ ਦੇਤੀ, 6 ਮਹੀਨੇ ਰਿਪੋਰਟ ਦੇਤੀ ਕਰਕੇ। ਮੇਰਾ ਤਕਰੀਬਨ ਕੰਮ 2012-14 ਅਕਸਫੋਰਡ ਇੰਡਸਟਰੀ ਦੇ ਉਹਨਾਂ ਦੇ ਨਾਲ ਮੇਰੇ ਨਾਲ ਸੀਗੇ, ਮੇਰੀ ਇਕੱਲੇ ਰਿਪੋਰਟ ਨਹੀਂ ਹੋ ਜੀ ਜੀ ਜੀ। ਫਿਰ ਉਹਦੇ ਨਾਲ
मैं कुछ तकरीबन 100 बंदे नूं कंसल्ट किया, नड़ चढ़ के रिपोर्ट दी, उसका बरका नहीं थलिया इन्होंने। मैं पिट पिट मर गया भी मैंने कौंसलर मिनिस्टर प्रजेंट कर लैन दे, सवाल करो मैं जवाब दूंगा जी। गवर्नमेंट तुम यूँ इंप्लीमेंट करो ना करो, सुनो तो सही, तुम इमेजिन कर लें कि 5 साल मेरी गल नहीं सुनी। अच्छा अमरिंदर होना। हाँ, दो बारी मैं रिजाइन किया, दो बार रिजाइन किया, आखिर नहीं मेरे दोस्त चले गए ता कि ये है वो करके उन्होंने इमोशनल ब्लैकमेलिंग की थी। अगली मीटिंग करें कदम कह ही नहीं मीटिंग की करोगे तुम, वो तो मैं रिपोर्टा एक नहीं दी, बहुत रिपोर्टा दी, फाइनेंशियल साइड से रिपोर्ट दी, बिजली साइड से रिपोर्ट दी, सारिया रिपोर्टा दी, अल्टरनेटिव दसे कि फार्मर को किदा सपोर्ट करना है, सब कुछ करना, वो किसी ने सुनिया ही नहीं, की कर सकते हो सवाल, तो मेरे जिते मेरे सवाल है मैंने सवाल कर दिया लो, लेकिन मैं कला तो नहीं ना बई जी 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 है, तो आप मैं पॉलिसी मेकर नहीं, सारी दुनिया इन्ने अपने साढ़े एक्सपर्ट है गया, वो भी तो बोल रही है, मेरे ज़्यादा खेती माहर है, तो मेरा कहने का मतलब सब कुछ इंटैग्रेट करके मैं दिता सब कुछ, गलत सुने मेरी कोई जी जी जी। अल्टरनेटिव की प्लान की, अल्टरनेटिव होने यार मैं तो सच्ची पूछो था, मैं कहना हम बड़ी अनपॉपुलर सजेशन दे रहा मैं कि तुम जो पानी है ना बिजली इनू तुम इदा दे जो नहर का पानी दे दा बारी नाल सपोर्ट करन दी लोड है। मैं कहना डायरेक्ट सबसिडी दो, जिदा फर्क कीता यूएसए दे विच है, $40 बिलियन दी सबसिडी फार्मर दिंदे आ, वो डायरेक्ट देंगे पर इवें कहते भी तो साढ़े को तनखावं देने जोगे पैसे जी, तुसीं गल हुण भी तो पैसे लगते ही है जी जी जी, हुण जब बिजली के पैसे नहीं लेंदे वो पैसे नहीं लगते, हुण तो जो भी सबसिडी देंदे आ बिजली पानी की गवर्नमेंट का खर्च तो हुंदा ही है, बिल्कुल उही खर्च तुसीं सीधा क्यों नहीं देंदे। मैं फार्मर चाहवांगा हर 6 महीने बिजली का बिल देने तो पहला वो जेब च पैसे दो, जेब पैसे दे बिजली का बिल दे, जो बिजली का बिल दूगा तो स्विच कौन लगा सोचूगा कि मेरी मैं मेरी मेरी बिजली खर्च होगा, समझे ना, बिल्कुल एक तो यह है, दूजे तुम अगर करोगे तो बिजली डायरेक्ट सब फार्मर की जेब पैसे पाओ, पर एक हिसाब से पाओ, छोटे से ज़्यादा पाओ, बड़े से घट पाओ, जो वोट पाले पैसे छड़ दो उन्होंने, बिल्कुल बिल्कुल, मतलब ये मैं अल्टरनेटिव दिते हुए हैं, कोई गलत करे मैं ना। जिहड़ा झोने नूं ना बीज के, क्योंकि जिवें सब्जियां भी कई बार किसान बेच लेंदे आ, उहदा कोई मंडीकरण नहीं प्रॉपर हुंदा, वो खरीददार नहीं हुंदा, सुटनियां भी पैंदियां ने, देखो इहदे च की मसला है, तुसीं कहिंदे आ झोने तों अल्टर, मैं सोचदा जब पानी खत्म हो जाऊ फिर की बीजोंगे, इह वड्डा सवाल है, इह सवाल मैनूं अज दे नहीं कर रहा, इह सवाल मैनूं 10 साल 15 साल दा कर रहा है, मेरा जवाब है मैं तुम्हें कहना तू कहते की बीजिए, मैं जो दी पानी खत्म होने तो बाद बीजना, ये तुहाडे ही शब्द भगवंत मान ने पिछे जे चलो यूज कर लिया, चंगी गल है माड़ी गल नहीं है, सवाल तो यह भी तू एक स्टेज पर आ के जब थोड़े को पीने वाला पानी रहेगा फिर भी तू करोगे ही, हूँ तो थोड़े को पानी हैगा, ये कम से कम तुम वो क्रॉप ग्रो करो जी जी पानी सस्टेन कर सके, बिल्कुल बिल्कुल है, तो दूजी गल है भी सबसिडी जी गवर्नमेंट दे डायरेक्टली दे कंपलसरी फार्मर जी, मैं तो बहुत स्कीमें बनाई सी, मैं तो गवर्नमेंट को पूरी डिवर्सिफिकेशन स्कीम बना के गवर्नमेंट को 16,000 करोड़ रुपया मंगया सीगा सेंट्रल गवर्नमेंट तो जी, वो मैं फूड मिनिस्टर मंजूर भी करा लिया सी, ठीक है, उन्होंने फाइनेंस मिनिस्टर मंजूर भी करा लिया सी, वो जाके जब एग्रीकल्चर मिनिस्ट्री को आया तो मैं कितने बाहर कंसल्टेंट से गया सी, मगरों साड़ी गवर्नमेंट ने पंजाब गवर्नमेंट की जो FCD सीगा ते को हिम्मत सिंह सीगा ये चले गए, मीटिंग सैकटरी ने कॉल की, एक सवाल का जवाब नहीं दिता, अच्छा तो कैंसल सारा कुछ, वो काम खत्म हो गया, पॉलिटिकल प्रोसेस नहीं हुआ, जवाब ये इन्ने फिर इन्हें पता ही नहीं सी कादे अफसर जान बच के दिता, मैं तो पूछो था, अच्छा गल है सवाल तो है क्योंकि मेरी स्कीम से जायलस भी मार आ प्रॉब्लम नहीं, ये नहीं देखते दे फार्मर का कितना नुकसान करता, सारे मनुखता का नुकसान है किसान का, वो जरा उत्थे काम खत्म हो गया, मैं उन्होंने पोलीटिकल किया ना, वो पोलीटिकल प्रोसेस है भी, मैं रिपोर्ट कर दिता, तो उस वे तुम मिनिस्टर नु मिलो, चीफ मिनिस्टर मिले जाके, एग्रीकल्चर मिनिस्टर किसी ने कुछ नहीं किया, मैं कला बैठा की करी जावा जी, समझे ना, उत्थे तक तो मैं पहुँचा दिता वो, फिर मैं वर्ल्ड बैंक ने प्रोजेक्ट बनाया $2 मिलियन का प्रोजेक्ट सेगा, अच्छा जी, वो प्रोजेक्ट के नाम मैं उन्होंने सबमिट करा के मुंडे अपने वर्ल्ड बैंक के बैसे
ਉਹਨਾਂ ਮੈਂ ਕਿਹਾ ਵੀ ਚਲੋ ਤੁਸੀਂ ਪੈਸੇ ਦਿਓ ਸਾਨੂੰ, ਅਸੀਂ ਰਿਸਰਚ ਐਕਸਟੈਂਸ਼ਨ ਅਤੇ ਮਾਰਕੀਟਿੰਗ ਜਿਹੜੀ ਆ ਉਹਨੂੰ ਇੰਪਰੂਵ ਕਰਾਂਗੇ। ਉਹ ਮੰਨ ਗਏ, ਵੈਟਿੰਗ ਕਰਵਾ ਲਈ। ਜਦ ਮੈਂ ਸਬਮਿਟ ਕਰਨ ਨੂੰ ਬਣਿਆ ਸੀਗਾ ਤਾਂ ਅਮਰਿੰਦਰ ਸਿੰਘ ਨੇ ਬਿਜਲੀ ਫਰੀ ਕਰਤੀ 5 ਏਕੜ। ਅੱਛਾ, ਹੁਣ ਜਦ ਤੁਸੀਂ ਬਿਜਲੀ ਫਰੀ ਦਿੰਦੇ ਹੋ ਤਾਂ ਤੁਹਾਨੂੰ ਅਵਲਡੈਂਕ ਪੈਸੇ ਕਿੱਦਾਂ ਦਊਗਾ? ਹੈਂ। ਅੱਛਾ, ਫਿਰ ਮੈਂ ਉਹਨੂੰ ਕਿਹਾ ਚੱਲ ਤੂੰ 5 ਏਕੜ ਤਾਂ ਕਰਤੀ ਆ, ਮੈਂ ਫਿਰ ਕਰਦਾ। ਅਤੇ ਉਹਨਾਂ ਨੂੰ ਕਿਹਾ ਵੀ ਅਸੀਂ ਕ੍ਰੋਸ ਸਬਸਿਡੀ ਕਰਨੀ ਹੈ, ਵੀ ਅਸੀਂ ਵੱਡਿਆਂ ਤੋਂ ਰਵਾਂਗੇ ਛੋਟਿਆਂ ਦੇ ਦਿਆਂਗੇ। ਤਾਂ ਹੀ ਪਤਾ ਹਫ਼ਤਾ ਵੀ ਲੱਗਾ, ਹੁਣ ਸਾਰੀ ਫਰੀ ਕਰਤੀ, ਮੇਰਾ ਸਾਰਾ ਉਹ ਵੀ ਪਲੋਟ ਹੋ ਗਿਆ। ਅੱਛਾ, ਯਾਨੀ ਮੈਂ ਤਾਂ ਗੌਰਮੈਂਟ ਕ੍ਰੋਸ ਐਂਡ 'ਤੇ ਕੰਮ ਕਰਦੇ ਰਿਹਾ, ਮੈਂ ਕੁਛ ਕੁਛ ਕਰਦਾ ਰਿਹਾ, ਗੌਰਮੈਂਟ ਉੱਤੇ ਪਾਣੀ ਫਿਰਦੀ ਰਹੀ ਹੈ। ਆਹ ਹਾਲਤ ਹੈ। ਇਹ ਜਾਣ ਬੁੱਝ ਕੇ ਕੀਤਾ ਜਾਂਦਾ ਰਿਹਾ ਜਾਂ ਪਤਾ ਨਹੀਂ, ਮੇਰੇ ਨਾ ਹੁੰਦਾ ਵੀ ਜਿਵੇਂ ਅਫਸਰ ਵੀ ਕਹਿ ਦਿੰਦੇ ਨੇ ਸਾਡੇ ਹੱਥ ਬੰਨਿਆ, ਵੀ ਹੁਣ ਦੇਸ਼ ਦੀ ਏਜੰਸੀ ਇੱਦਾਂ ਦੀ ਪਾਵਰ ਕੋਈ ਕਰਵਾ ਰਹੀ ਸੀ ਜਾਂ ਪੰਜਾਬ ਨੂੰ ਧੱਕੇ ਨਾਲ ਹੀ ਬਰਬਾਦ ਕਰਨਾ ਚਾਹੁੰਦੇ ਸੀ? ਜਿਹੜੀ ਗੱਲ ਮੈਂ ਸਿਰੇ 'ਤੇ ਜਾ ਕੇ ਮੈਂ ਡਿੱਗਦਾ ਸੀ ਕਿਉਂਕਿ ਗੌਰਮੈਂਟ ਦੀ ਰਿਸਪੋਂਸ ਨਹੀਂ ਸੀ ਹੁੰਦੀ, ਆਹ ਪ੍ਰੋਬਲਮ ਹੈ। ਫਿਰ ਉਹ ਬਿਊਰੋਕਰੇਸੀ ਰਿਸਪੋਂਸੀਬਲ ਆ ਪੂਰੀ ਤਰ੍ਹਾਂ, ਜਿਹੜੇ ਹੁਣ ਦੇਖੋ ਕੰਨ ਭਰਦੇ ਨੇ ਲੀਡਰਾਂ ਦੇ। ਆਹ ਜਿਹੜੀ ਹੈਗੀ ਆ ਹੁਣ ਪ੍ਰੋਬਲਮ ਹੈ ਸਟਬਲ ਦੀ ਵੀ ਅਲਸੋ, ਕਿ ਜਿਹੜਾ ਪਰਾਲੀ ਸਾੜਦੇ ਨੇ, ਪਰਾਲੀ ਸਾੜਦੇ ਆ, ਇਹ ਹੱਲ ਹੋ ਸਕਦਾ। ਅੱਜ ਤੋਂ 15 ਸਾਲਾਂ ਤੋਂ ਅਸੀਂ ਬੜੇ ਛੋਟੇ ਫਾਰਮਰ ਹੈ ਜੀ, 4 ਏਕੜ 3.5 ਏਕੜ ਮੇਰੀ ਜ਼ਮੀਨ ਹੈ, 4 ਏਕੜ ਮੇਰੇ ਆਪਣੇ ਕਜ਼ਨ ਬ੍ਰਦਰ ਦੀ ਹੈ, ਇਹ ਜੁਆਇੰਟ ਫੈਮਿਲੀ ਹੈ। ਸਾਡੇ ਬੱਚੇ ਕੋਈ 5-60 ਏਕੜ ਦੀ ਖੇਤੀ ਕਰਦੇ ਆ ਜੀ, ਠੇਕੇ 'ਤੇ ਲੈ ਕੇ। ਅਸੀਂ ਅੱਜ ਤੋਂ 15 ਸਾਲ ਤੋਂ ਪਹਿਲਾਂ ਤਾਂ ਕਦੇ ਪਰਾਲੀ ਨਹੀਂ ਸਾੜੀ, ਪਹਿਲਾਂ ਰੋਟੋਵੇਟਰ ਨਾਲ ਕਰਦੇ ਸੀ ਥੱਲੇ, ਅਤੇ ਸੁਹਾਗਾ ਮਾਰਿਆ ਬੀਜ ਤਾ, ਠੀਕ ਹੈ। ਅਤੇ ਹੁਣ ਸਾਡੇ ਕੋਲ ਸੁਪਰ ਸੀਡਰ ਹੈ, ਸੁਪਰ ਸੀਡਰ ਰਹਿ ਕੇ ਇੱਕੋ ਓਪਰੇਸ਼ਨ ਦੇ ਵਿੱਚ ਪਰਾਲੀ ਨੂੰ ਸ਼ੈਡਿੰਗ ਕਰਕੇ ਇਨਕਾਰਪੋਰੇਟਿੰਗ ਕਰਨ ਦਾ ਵੀ ਕਣਕ ਵੀ ਬੀਜ ਦਿੰਦਾ। ਉਹ ਸਾਡੇ ਕੋਲ ਹੈਗੇ 2 ਸੁਪਰ ਸੀਡਰ ਹੈ, ਬੈਂਕ ਤੋਂ ਕਰਜ਼ਾ ਲੈ ਕੇ ਅਸੀਂ ਲਏ ਸੀਗੇ, ਉਹ ਕਰਦੇ, ਉਹ ਕਰਜ਼ਾ ਵੀ ਮੋੜ ਦਿੱਤਾ ਹੁਣ ਜੀ ਜੀ। ਅਤੇ ਉਹਦੇ ਉਹ ਅਸੀਂ ਲੋਕਾਂ ਦੇ ਵੀ ਨਾਲ ਕਰਦੇ ਹਾਂ, 700 ਏਕੜ ਦੀ ਅਸੀਂ 700-750 ਏਕੜ ਦੀ ਅਸੀਂ ਐਤਕੀ ਪਿਛਲੇ ਸਾਲ ਕੀਤੀ ਹੈ। ਓਕੇ, ਐਤਕੀ ਹੁਣ ਕਰ ਰਹੇ, ਦੇਖ ਲਏ ਕਿੰਨੀ ਹੁੰਦੀ ਹੈ। ਮਤਲਬ ਥੋੜ੍ਹੇ ਜਿਹੇ ਪੈਸਿਆਂ ਦੇ ਨਾਲ ਤੁਸੀਂ ਆਪਣਾ ਸਾਰੇ ਪ੍ਰੋਸੈਸ ਬਚਾ ਲੈਂਦੇ ਹੋ। ਬਿਲਕੁਲ ਬਿਲਕੁਲ, ਤੁਸੀਂ ਵਾਹੋਗੇ, ਬੀਜੋਗੇ, ਸਭ ਕੁਛ ਕਰੋਗੇ ਤਾਂ ਖਰਚਾ ਉਗਰਿਆ ਹੋ। ਅਤੇ ਇੱਥੇ ਤੁਸੀਂ ਪੈਸੇ ਦਿੱਤੇ ਥੋੜ੍ਹੇ ਜਿਹੇ, ਮੈਨੂੰ 2,000 ਦਿੰਦੇ ਹੈ ਜੀ ਏਕੜ ਦਾ, ਉਸ 12-14,000 ਰੁਪਈਆ ਖਰਚ ਹੋ ਜਾਂਦਾ, 500-600 ਰੁਪਈਆ ਬਚਦਾ ਸਾਰਾ, ਬਾਕੀ ਖਰਚ ਹੋ ਜਾਂਦਾ ਜੀ। ਲੇਕਿਨ ਸਾਡੀ ਜਿਹੜੀ ਵੀਟ ਹੈ ਲੋਕਾਂ ਨਾਲੋਂ 3-3 ਕੁਇੰਟਲ 2-2 ਕੁਇੰਟਲ ਜ਼ਿਆਦਾ ਨਿਕਲਦੀ ਹੈ। ਓਕੇ, ਉਹ ਪਰਾਲੀ ਜਿਹੜੀ ਅੰਦਰ ਖਾਦ, ਨੈਚੁਰਲ ਖਾਦ ਬਣ ਗਈ, ਆਪਣੀ ਜਿਹੜੀ ਆ ਉਹ ਖਾਦ ਬਣ ਜਾਂਦੀ ਹੈ, ਅਤੇ ਔਰਗੈਨਿਕ ਕਾਰਬਨ ਵੱਧ ਜਾਂਦੀ ਹੈ ਜੀ। ਉਹਨਾਂ ਜੇ ਫਰਟੀਲਾਈਜ਼ਰ ਪਾਉਂਗੇ ਉਹ ਵੀ ਇਫੈਕਟਿਵ ਜ਼ਿਆਦਾ ਹੋ ਜਾਂਦਾ। ਜੇ ਔਰਗੈਨਿਕ ਮੈਟਰ ਜ਼ਮੀਨ ਦੇ ਵਿੱਚ ਹੈਗਾ, ਜੇ ਫਰਟੀਲਾਈਜ਼ਰ ਪਾਉਂਗੇ ਉਹਦੀ ਐਫੀਸ਼ੀਐਂਸੀ ਜ਼ਿਆਦਾ ਹੈ। ਜੇ ਤੁਸੀਂ ਸਾੜ ਕੇ ਉਹਨੂੰ ਡੈਸੀਕੇਟ ਕਰਤਾ ਜ਼ਮੀਨ ਨੂੰ ਜੀ ਜੀ, ਉਹ ਤਾਂ ਫਰਟੀਲਾਈਜ਼ਰ ਦੀ ਐਫੀਸ਼ੀਐਂਸੀ ਪੂਰੀ ਨਹੀਂ ਹੁੰਦੀ, ਫਿਰ ਉਹਦੀ ਕੁਆਲਿਟੀ ਵਧੀਆ ਹੁੰਦੀ ਹੈ। ਪਿਛਲੇ ਸਾਲ ਸਾਡੀ ਸਾਰੀ ਕਣਕ ਜਿਹੜੇ MSP ਤੋਂ ਉੱਤੇ ਵਿਕੀ ਹੈ। ਓਕੇ, ਕੁਆਲਿਟੀ ਅੱਛੀ, ਕੁਆਲਿਟੀ ਜ਼ਿਆਦਾ। ਸੋ ਮੇਰਾ ਕਹਿਣ ਤੋਂ ਮਤਲਬ ਹੈ ਰਾਜ ਹੈਗਾ, ਚਲੋ ਅਗਰ ਪ੍ਰਾਈਵੇਟ ਬੰਦਾ ਨਹੀਂ ਕਰ ਸਕਦਾ ਲੈ ਸਕਦੇ, ਤੁਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਇਨਕਰੇਜ ਕਰੋ, ਜੇ ਸੁਸਾਇਟੀਆਂ ਵੀ ਤਾਂ ਬਣੀਆਂ ਨੇ ਪਿੰਡਾਂ 'ਚ, ਉਹਨਾਂ ਨੂੰ ਇਨਕਰੇਜ ਕਰੋ ਉਹਨਾਂ ਨੂੰ ਦੇ ਕੇ, ਅਤੇ ਇਹ ਕੰਟਰੋਲ ਹੋ ਸਕਦੀ ਹੈ, ਹੋਰ ਰੋਟੋਵੇਟਰ ਨਾਲ ਕੰਟਰੋਲ ਹੋ ਸਕਦੀ ਹੈ, ਸਭ ਕੁਛ ਹੋ ਸਕਦੀ ਹੈ। ਲੇਕਿਨ ਫਾਰਮਰ ਨੇ ਐਤਕੀ ਉਹਦਾ ਪਤਾ ਕੀ ਹੋਇਆ, ਇਹ ਮਾਣ ਨੇ ਇਹ ਫਾਰਮਰ ਨੂੰ ਕਹਿਤਾ ਵੀ ਤੁਸੀਂ ਆ ਕਰਾਓਗੇ ਤੁਹਾਡੇ 'ਤੇ ਐਕਸ਼ਨ ਹੀ ਲਵਾਂਗੇ। ਅੱਛਾ, ਇਹਨਾਂ ਨੇ ਕਹਿਤਾ? ਯੈਸ ਜੀ, ਸੈਟ ਤੋਂ ਉਸ ਐਗਰੀਮੈਂਟ ਦੇ ਵਿੱਚੋਂ ਤੋਂ ਆਏ ਆ ਨਿਕਲ ਕੇ, ਨਾਲੇ ਤਾਂ ਰੌਲਾ ਪਾਈ ਗਏ ਵੀ ਦੂਜੇ ਪਾਸੇ ਰੌਲਾ ਪਾਈ ਜਾਂਦੇ ਆ, ਜੋ ਲੜਕਾ ਨੂੰ ਕਿਸੇ ਕੋਈ ਐਕਸ਼ਨ ਲਿਆ ਨਹੀਂ। ਪਰ ਸਮੱਸਿਆ ਵੀ ਨਾ ਵੀ ਜਦੋਂ ਕੋਈ ਗੱਲ ਗੌਰਮੈਂਟ ਕਹਿੰਦੀ ਕੁਛ ਆ ਕਰਦੀ ਕੁਛ ਹੈ ਨਹੀਂ, ਕਿਸਾਨ ਜਥੇਬੰਦੀਆਂ ਵੀ ਤਾਂ ਫਿਰ ਆ ਜਾਂਦੀਆਂ ਨੇ ਸੜਕਾਂ ਦੇ ਵਿੱਚ, ਤਾਂ ਸਾੜਾਂਗੇ ਜਿੰਨੇ ਜੋ ਕਰਨਾ ਕਰ ਲਓ। ਸਾੜਾਂ ਹੀ ਜਾ ਕੇ ਗੱਲ ਇਹ ਹੈ, ਇਹ ਇਹਨਾਂ ਦਾ ਕੀ ਇਹਨਾਂ ਦਾ ਹੱਕ ਹੈ, ਬਾਕੀ ਦੀ ਪਾਪੂਲੇਸ਼ਨ ਦਾ ਕੋਈ ਹੱਕ ਨਹੀਂ? ਜਿਹੜਾ ਰੈਮਡੀ ਹੋ ਸਕਦੀ ਹੈ ਉਹ ਰੈਮਡੀ ਕਿਉਂ ਨਾ ਕੀਤੀ? ਜੇ ਇਲਾਜ ਹੈਗਾ ਤਾਂ ਕਿਉਂ ਨਹੀਂ ਕੀਤਾ? ਜੇ ਇਲਾਜ ਨਾ ਹੋਵੇ ਤਾਂ ਮਤਲਬ ਹੈ, ਜੇ ਇਲਾਜ ਹੈਗਾ ਗੌਰਮੈਂਟ ਦੀ ਸਪੋਰਟ ਕਰੇ, ਆਪਣੇ ਸੈਂਟਰ ਖੋਲ੍ਹ ਲਵੇ, ਪ੍ਰਾਈਵੇਟ ਸੈਕਟਰ ਸੈਂਟਰ ਖੋਲ੍ਹ ਲਵੇ, ਹੈਂ ਉਹ ਫਾਰਮ ਆਪ ਤੁਸੀਂ ਕ੍ਰੋਪ ਲੋਨ ਲੈਂਦੇ ਹੀ ਹੋ, ਉਹ ਲੋਨ 'ਚ ਉਹ 'ਚ ਥੋੜ੍ਹਾ ਖਰਚ ਲਓ, ਤੁਹਾਨੂੰ ਤੁਹਾਡੇ ਪੈਸੇ ਮੁੰਡਣੇ ਇੱਕ ਸੀਜ਼ਨ ਦੇ ਵਿੱਚ ਹੀ। ਜੇ ਤੁਹਾਨੂੰ 2,000 ਰੁਪਈਆ ਖਰਚ ਕੇ ਜੀ ਤੁਹਾਡੀ 2 ਕੁਇੰਟਲ ਕਣਕ ਵੱਧ ਜਾਂਦੀ ਹੈ ਤਾਂ ਫਾਇਦਾ ਹੋਇਆ। ਬਿਲਕੁਲ ਬਿਲਕੁਲ ਬਿਲਕੁਲ, ਆਹੋ ਨਾਲੇ ਕੁਆਲਿਟੀ ਵੱਧ ਗਈ, ਕੁਆਲਿਟੀ ਵੱਧ, ਰੇਟ ਵੀ ਵੱਧ, ਸਾਰੀ ਜ਼ਮੀਨ ਤੁਹਾਡੀ ਜਿਹੜੀ ਉਪਜਾਊ ਹੋ ਜਾਂਦੀ ਹੈ।
ਸੋ ਇਹ ਖਾਦਾਂ ਦੇ ਜਿਹੜੀਆਂ ਦੂਜੀਆਂ ਖਾਦਾਂ ਪਾਉਂਦੇ ਜਰੇਲੀਆਂ ਉਹ ਵੀ ਘਟਣਗੀਆਂ, ਉਹ ਫਾਇਦਾ ਹੀ ਨੈਚੁਰਲੀ ਜਦ ਤੁਸੀਂ ਤੁਹਾਡਾ ਤੁਹਾਡਾ ਔਰਗੈਨਿਕ ਮਿੰਟ ਜ਼ਮੀਨ ਦੇ ਵਿੱਚ ਹੈਗਾ, ਜੇ ਇੱਕ ਜੇ ਖਾਦ ਦੋ ਕਿਲੋ ਮਤਲਬ 20 ਕਿਲੋ ਖਾਦ ਪੈਂਦੀ ਹੈ ਉੱਥੇ 10 ਰਹਿ ਜੂ 10 ਰਹਿ ਜੂ। ਸੋ ਮੇਰਾ ਮਤਲਬ ਹੱਲ ਹੈਗੇ ਆ, ਕੋਈ ਸੁਣਦਾ ਨਹੀਂ, ਜੇ ਕੋਈ ਸੁਣਦਾ ਨਹੀਂ ਤਾਂ ਲਾਗੂ ਕਰਦਾ ਨਹੀਂ। ਮੈਨੂੰ ਤਾਂ ਕੁਛ ਮੇਰੀ ਤਾਂ ਕਿਸੇ ਗੌਰਮੈਂਟ ਨੇ ਬਣੀ ਹੀ ਨਹੀਂ, ਇਸੇ ਕਰਕੇ ਬਣੀ, ਉਹ ਸੁਣਦਾ ਹੀ ਨਹੀਂ, ਉਹਨਾਂ ਦੀ ਪ੍ਰਾਇਰਟੀਜ਼ ਹੋਰ ਨੇ। ਉਹ ਤਾਂ ਵੋਟਾਂ ਲਓ, ਝੂਠੇ ਵਾਅਦੇ ਕਰੋ, ਲੁੱਟੋ ਮਗਰੋਂ ਇਹ ਕੰਮ ਹੋ ਰਿਹਾ। ਬਿਲਕੁਲ, ਪੰਜਾਬ ਗੌਰਮੈਂਟ ਨੂੰ ਸਾਡੀ ਇਹ ਪਾਰਟੀ ਹੈ, ਇਹਨੂੰ ਦੂਜੀਆਂ ਸਟੇਟਾਂ ਦਾ ਜ਼ਿਆਦਾ ਫਿਕਰ ਹੈ। ਜੀ ਜੀ ਜੀ, ਕੇਜਰੀਵਾਲ ਇਜ਼ ਯੂਜ਼ਿੰਗ ਦੈਮ, ਉਹਦਾ ਪੂਰਾ ਇੱਥੋਂ ਦਾ ਪੈਸਾ ਸਾਰਾ ਪ੍ਰਮੋਸ਼ਨ ਵਾਸਤੇ ਕਰ ਰਹੇ ਨੇ। ਹੁਣ ਤੁਸੀਂ ਉਹਦੀ ਸੈਕੂਲੈਰਿਟੀ ਦੇਖ ਲਓ ਕੀ ਹੈ, ਕਹਿੰਦਾ ਜੀ ਦੇਵੀ ਦੇਵਤਿਆਂ ਦੀਆਂ ਫੋਟੋਆਂ ਚਾਹੀਦੀਆਂ ਆਪਣੇ ਉੱਤੇ, ਇਹਦਾ ਮਤਲਬ ਹਿੰਦੂ ਪਾਪੂਲੇਸ਼ਨ ਨੂੰ ਉਹ ਕਰ ਰਿਹਾ, ਆਪਣਾ ਆਕਰਸ਼ਿਤ ਕਰ ਰਿਹਾ। ਬਿਲਕੁਲ, ਅਤੇ ਮੇਰਾ ਇਹ ਜਿਹੜੀ ਇਹੋ ਜਿਹੀਆਂ ਚੀਜ਼ਾਂ ਨੇ, ਇਹ ਪੋਲੀਟੀਕਲ ਮੈਂ ਸਮਝਦਾ ਵੀ ਕਮਜ਼ੋਰੀ ਹੈ ਬਹੁਤ ਵੱਡੀ ਸਾਡੀ। ਬਿਲਕੁਲ ਬਿਲਕੁਲ, ਆਹੋ ਇਹਦੇ ਨਾਲ ਜਿਹੜਾ ਸਾਰਾ ਸਿਸਟਮ ਜਿਹੜਾ ਖਰਾਬ ਹੋ ਰਿਹਾ, ਅਤੇ ਪੰਜਾਬ ਦੀ ਤਾਂ ਹਾਲਤ ਬੁਰੀ ਹੈ, ਇੱਥੇ ਲਾਅ ਐਂਡ ਆਰਡਰ ਹੈ ਨੇ, ਹੈਂ ਇੱਥੇ ਜਿਹੜੀਆਂ ਐਜੂਕੇਸ਼ਨ ਜਿਹੜੀ ਆ ਉਹਨੂੰ ਇਨਕਰੇਜ ਕਰਨ ਦੀ ਬਜਾਏ ਉਹ ਡਿਸਕਰੇਜ ਕਰੀ ਜਾ ਰਹੇ ਆ, ਹੈਂ ਟੀਚਰਸ ਹੈ ਨਹੀਂ, ਅਨਇੰਪਲਾਇਡ ਟੀਚਰ ਉੱਥੇ ਲੱਗੇ ਹੋਏ ਆ, ਅਨਇੰਪਲਾਇਡ ਜਿਹੜੇ ਆਪਣੇ ਟੈਂਪਰੇਰੀ ਵਰਕਰ ਆ ਉਹ ਲੱਗੇ ਹੋਏ ਆ, ਰੋਜ਼ ਮੋਸਟਲੀ ਹੜਤਾਲਾਂ ਦੇ ਹੁੰਦੇ ਆ। ਇੱਕ ਜਿਹੜੇ ਮੈਂ ਹੋਰ ਕੁਐਸਚਨ ਕਰਦਾ, ਜਿਹੜੀ ਆਪਾਂ ਪ੍ਰਾਈਵੇਟ ਇੰਡਸਟਰੀ ਦੀ ਡਿਮਾਂਡ ਕਰਦੇ ਹਾਂ ਪੰਜਾਬ ਦੇ ਵਿੱਚ, ਇੱਥੇ ਦੋ ਸਮੱਸਿਆਵਾਂ ਨੇ। ਇੱਕ ਤਾਂ ਜਿਹੜੀ ਸਾਡੀ ਖੇਤੀਯੋਗ ਜ਼ਮੀਨ ਆ ਉਹ ਘੱਟ ਰਹੀ ਹੈ ਲਗਾਤਾਰ ਇੰਡਸਟਰੀ ਲੱਗਣ ਦੇ ਨਾਲ, ਦੂਸਰਾ ਫਿਰ ਇੰਡਸਟਰੀ ਪਾਣੀ ਵੀ ਬਹੁਤ ਜ਼ਿਆਦਾ। ਇੰਡਸਟਰੀ ਮੈਂ ਇੱਕ ਗੱਲ ਕਰ ਰਿਹਾ, ਕਿਉਂ ਨਾ ਜਿਹੜੀ ਇੰਡਸਟਰੀ ਆ ਉਹ ਖੇਤੀ ਨਾਲ ਸੰਬੰਧਿਤ ਉਹਨੂੰ ਇਨਕਰੇਜ ਕੀਤਾ ਜਾਵੇ। ਦੋ ਤਰੀਕੇ ਆ ਜੀ, ਜਾਂ ਤਾਂ ਵੱਡੀਆਂ ਇੰਡਸਟਰੀ ਹੋਣ ਜਾਂ ਮੀਡੀਅਮ ਅਤੇ ਸਮਾਲ ਇੰਡਸਟਰੀ ਜਿਹੜੀ ਪਿੰਡਾਂ ਵਿੱਚ ਸਪਰੈਡ ਹੋ ਜਾਏ। ਜਿਹੜਾ ਬੱਚਾ ਕਿਸ ਕਿਸਮ ਦੀ ਇੰਡਸਟਰੀ ਹੋਵੇ, ਦੇਖੋ ਕਈ ਕਲੀਨ ਇੰਡਸਟਰੀ ਵੀ ਹੋ ਸਕਦੀ ਹੈ, ਕੋਈ ਵੀ ਹੋਵੇ, ਜਿੱਦਾਂ ਸਰਵਿਸ ਸੈਂਟਰ ਸਰਵਿਸ ਸੈਕਟਰ ਦੀਆਂ ਐਂਟਰਪ੍ਰਾਈਜ਼ ਵੀ ਹੋ ਸਕਦੀਆਂ ਇਹ ਪਿੰਡਾਂ ਦੇ ਵਿੱਚੋਂ। ਇਹਦਾ ਮੈਂ ਆ ਜਿਹੜੀ ਪਿਛਲੀ ਇਲੈਕਸ਼ਨ ਸੀ ਉਦੋਂ ਪਹਿਲਾਂ ਇੱਕ ਲੈਕਚਰ ਦੇ ਵਿੱਚ ਪੂਰਾ ਏਜੰਡਾ ਦੇ ਕੇ ਮੈਂ ਸੋਲੂਸ਼ਨ ਦੱਸਿਓ ਸੀਗੇ, ਕਿਸੇ ਸੁਣਿਆ ਨਹੀਂ। ਉਹਦੇ ਵਿੱਚ ਇਹ ਇੰਡਸਟਰੀ ਸਪਰੈਡ ਹੋ ਗਈ, ਹੁਣ ਦੇਖੋ ਇਸ ਵੇਲੇ ਤਕਰੀਬਨ 9 ਲੱਖ ਦੇ ਕਰੀਬ, 9 ਲੱਖ ਦੇ ਕਰੀਬ, 10 ਲੱਖ ਦੇ ਬਿਆਨ ਵਿੱਚ ਲੁਧਿਆਣਾ ਲੋਨ ਜਿਹੜਾ ਉਹ ਜਿਹੜੇ ਬਾਹਰਲੇ ਉਹਨਾਂ ਨੂੰ ਇੰਪਲਾਇਮੈਂਟ ਦਿੰਦਾ ਜੀ, ਜਿਹੜੇ UP ਬਿਹਾਰ ਦੇ ਲੋਕ ਆਉਂਦੇ ਆ, ਲੇਕਿਨ ਪੰਜਾਬ ਦੇ ਬੜੇ ਤੁਰਿਆ ਫਿਰਦਾ ਕਿਉਂ, ਥੋੜ੍ਹੀਆਂ ਵੇਜਸ ਦਿੰਦੇ ਆ ਉਹ ਝੁੱਗੀਆਂ ਝੌਂਪੜੀਆਂ ਰਹਿੰਦੇ ਆ, ਖਰਚੇ ਹਾਲਾਂ 'ਚ ਰਹਿੰਦੇ ਆ, ਉਹਨਾਂ ਦੀ ਸਿਕਿਉਰਿਟੀ ਆਪਣਾ ਹੈ ਨਹੀਂ, ਕੋਈ ਪ੍ਰਾਈਵੇਸੀ ਕੋਈ ਨਹੀਂ ਹੈ। ਉਹ ਸਾਲ ਦੇ ਵਿੱਚ ਪੰਜਾਬੀ ਨੌਜਵਾਨ ਪਿੰਡੋਂ ਆ ਕੇ ਨਹੀਂ ਰਹਿ ਸਕਦਾ। ਸੋ ਇਹ ਜਿਹੜੀ ਜੋਬ ਹੈ, ਟੇਕ ਦੈਮ ਟੂ ਦੀ ਡੋਰ ਸਟੈਪਸ, ਉਹਦੇ ਉੱਥੇ ਇੰਡਸਟਰੀ ਨੂੰ ਲਿਆਓ, ਪੰਚਾਇਤ ਲੈਂਡ ਹੈਗੀ ਆ ਉਹਨੂੰ ਯੂਜ਼ ਕਰੋ, ਉਹ 'ਚ ਇੰਡਸਟਰੀ ਹੋਵੇ ਲੇਕਿਨ ਕਲੀਨ ਇੰਡਸਟਰੀ ਹੋਵੇ। ਜੇ ਕੋਈ ਪੋਲਿਊਸ਼ਨ ਕਰਦੀ ਆ ਤਾਂ 4 ਦੀਵਾਰੀ ਦੇ ਅੰਦਰ ਹੀ ਉਹ ਪੋਲਿਊਸ਼ਨ ਨੂੰ ਕੰਟਰੋਲ ਕਰੇ ਜੀ, ਔਰ ਗੌਰਮੈਂਟ ਉਹਨਾਂ ਨੂੰ ਈਵਨ ਕੈਪੀਟਲ ਸਬਸਿਡੀ ਦੇਣ 'ਚ ਦੇਵੇ, ਇੰਪਲਾਇਮੈਂਟ ਕ੍ਰੀਏਟ ਹੋਵੇ। ਤੁਸੀਂ ਸਿਰਫ ਐਗਰੀਕਲਚਰ ਦੀ ਗੱਲ ਨਾ ਕਰੋ, ਤੁਸੀਂ ਰੂਰਲ ਏਰੀਆ ਦੀ ਗੱਲ ਕਰੋ, ਤਾਂ ਕਿ ਲੋਕ ਘਰੋਂ ਉੱਠਣ, ਕੰਮ ਕਰਕੇ ਘਰ ਆ ਜਾਣ, ਸਮਝਣ। ਇਹ ਸਾਰਾ ਸਿਸਟਮ ਦਿੱਤਾ ਹੋਇਆ, ਕਿਸੇ ਕੋਈ ਨਹੀਂ ਸੁਣਦਾ ਜੀ। ਦੇਖੋ ਮੈਂ ਤਕਰੀਬਨ 2 ਦਰਜਨ ਕੰਟਰੀਜ਼ ਨੂੰ ਪੋਲਿਸੀ ਐਡਵਾਈਸ ਦਿੱਤੀ ਹੈ ਜੀ, ਉਹਨਾਂ ਨੇ ਪੋਲਿਸੀਆਂ ਇਹਨਾਂ ਨੇ ਪਾਰਲੀਮੈਂਟ ਲਿਆਜ ਕੇ ਨੇੜ ਕੀਤੀ ਹੈ। ਚਾਈਨਾ ਵਰਗੀ ਕੰਟਰੀ ਨੂੰ ਮੈਂ ਪੋਲਿਸੀ ਦਿੱਤੀ ਹੈ, ਅੱਛਾ ਜੀ, USSR ਅਤੇ ਰਸ਼ੀਆ ਨੂੰ ਮੈਂ ਪੋਲਿਸੀਆਂ ਦਿੱਤੀਆਂ, ਉਹਨਾਂ ਨੇ ਮੰਨੀਆਂ, ਮੰਨੇ ਸਾਰੇ, ਮੈਨੂੰ ਸਾਰੇ ਮੰਨਦੇ ਆ। ਆਹ ਚਾਈਨਾ ਨੇ ਤਾਂ ਮੈਨੂੰ ਇੱਕ ਇੱਥੋਂ ਮੈਨੂੰ ਸੱਦਿਆ, ਉਹਨੇ ਆਪਣਾ ਯੂਨਾਈਟਿਡ ਸ਼ੈਫੇ ਤੋਂ 15-16 ਐਕਸਪਰਟ ਮੰਗੇ ਐਗਰੀਕਲਚਰ ਦੀ ਪੋਲਿਸੀ ਦੇ, ਮੇਰਾ ਨਾਮ ਵੈਸੇ ਉਹਨੇ ਮੈਨੂੰ ਸਿਲੈਕਟ ਕੀਤਾ ਜੀ। ਇੱਥੋਂ ਮੈਂ ਗਿਆ, ਇੱਥੋਂ ਉੱਥੇ ਮੈਂ ਰਾਤ ਨੂੰ ਪਹੁੰਚਿਆ, ਰਾਤ ਉੱਥੇ ਕੱਟੀ, ਚਲੋ ਉਹ ਤਾਂ ਬੜੀਆਂ ਇੰਟਰਸਟਿੰਗ ਚੀਜ਼ਾਂ ਜੀ, ਉਹਨੂੰ ਮੈਂ ਕੀ ਮੈਨਸ਼ਨ ਕਰਨਾ। ਸਵੇਰ ਨੂੰ ਮੀਟਿੰਗ ਸ਼ੁਰੂ ਹੋਈ, ਉਹਨਾਂ ਦਾ ਐਗਰੀਕਲਚਰ ਮਿਨਿਸਟਰ ਆਇਆ ਜੀ, 40-45 ਸੀਗੇ ਪੋਲਿਸੀ ਮੇਕਰ ਰੂਮ ਟੇਬਲ 'ਤੇ ਤਾਂ ਬੈਠੇ ਆ। ਉਹ ਬੰਦਾ 2.5 ਮਿੰਟ ਬੋਲਿਆ, ਉਹ 3 ਨੇ ਬੋਲਿਆ ਜੀ, ਮੇਰੇ ਹਵਾਲੇ ਕਰਤਾ। ਮੈਂ 9 ਵਜੇ ਤੋਂ ਲੈ ਕੇ 1 ਵਜੇ ਤੱਕ ਵਰਲਡ ਲਗਾਤਾਰ 4-5 ਘੰਟੇ ਬੋਲੇ, 4 ਘੰਟੇ ਮੈਂ ਕੁਛ ਮੈਂ ਲਿਖ ਕੇ ਵੀ ਲਿਖਿਆ ਸੀ, 4 ਘੰਟੇ ਮੈਂ ਉਹਨਾਂ ਨੂੰ ਮਤਲਬ ਅਤੇ
ਰੀਜ਼ਨ ਇਹ ਕਿ ਮੈਂ ਅਸਲ ਵਿੱਚ ਯੂ ਐਸ ਏ ਚੱਲ ਵਿਜ਼ਿਟਿੰਗ ਪ੍ਰੋਫੈਸਰ ਸੀ, ਮੈਂ ਕੋਰਸ ਪੜ੍ਹਾਇਆ ਸੀਗਾ ਇੰਟਰਨੈਸ਼ਨਲ ਕੰਪੈਰੇਟਿਵ ਐਗਰੀਕਲਚਰ, ਓਕੇ, ਸੋ ਡਿਫਰੈਂਟ ਕੰਟਰੀ ਦੇ ਸਿਸਟਮਸ ਨੂੰ ਮੈਂ ਜਾਣਦਾ ਸੀਗਾ, ਓਕੇ, ਅਤੇ ਉਸ ਸਿਸਟਮ ਨੇ ਦੱਸਿਆ ਵੀ ਆਹ ਸਿਸਟਮ ਹੈਗਾ ਵੀ ਆਹ ਪਾਰਟ ਇਹਨਾਂ 'ਚ ਤੁਹਾਨੂੰ ਰੈਲੀਮੈਂਟ, ਉਹ ਤਾਂ ਮੈਂ ਤਿਆਰ ਕੀਤੀ ਸੀ, ਉਹ ਤਾਂ ਰੈਲੀਮੈਂਟ ਆ, ਬਾਕੀ ਦਾ ਰੈਲੀਮੈਂਟ ਨਹੀਂ ਹੈ ਐਗਰੀਕਲਚਰ ਦੇ ਨਾਲ, ਐਗਰੀਕਲਚਰ ਦੀ, ਅਤੇ ਉਹ ਨੋਟ ਕਰੀ ਗਏ, ਮੈਨੂੰ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਆਪਣਾ 1 ਵਜੇ ਤੱਕ, ਇੱਕ ਤੋਂ 2 ਤਾਈਂ ਖਾਣਾ ਖਾਧਾ, ਉਹ ਵੀ ਇਨਫੋਰਮਲ ਜੀ, ਇੱਕ ਚਾਈਨੀਜ਼ ਹੋਟਲ ਸੀਗਾ, ਰੈਸਟੋਰੈਂਟ ਸੀ, ਇੱਕ ਵੈਸਟਰਨ ਸੀ, ਹਾਂਜੀ, ਆਪਣੀ ਮਰਜ਼ੀ ਨਾਲ ਜਿੱਥੇ ਖਾ ਲਓ, ਇਕੱਠੇ ਖਾਣਾ ਕਿਹੜਾ ਇਕੱਠੇ ਖਾ ਲਓ, ਇਕੱਲੇ ਖਾਣਾ ਇਕੱਲੇ ਖਾ ਲਓ, ਅਤੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਮੈਨੂੰ ਉਹਨੇ ਭਰਵੇਂ ਸਵਾਲ ਕੀਤੇ, ਮੈਂ ਉਹਨੂੰ ਜਵਾਬ ਦਿੱਤੇ, ਸੈਟਿਸਫਾਈ ਹੋਏ, ਉਹ ਮਤਲਬ ਤਸੱਲੀ ਹੋ ਗਈ, ਤਸੱਲੀ ਹੋ ਗਈ, ਮੈਨੂੰ ਕਹਿੰਦੇ ਹੁਣ ਤੁਸੀਂ ਜਾ ਸਕਦੇ ਹੋ, ਮੈਂ ਰਾਤ ਨੂੰ ਜਹਾਜ਼ ਫੜਿਆ ਤਾਂ ਆ ਗਿਆ, ਇੱਕ ਦਿਨ ਦੇ ਵਿੱਚ ਉਹਨੇ ਨਿੰਬੂ ਵਾਂਗ ਨੂੰ ਚੋੜ ਲਿਆ, ਇਹ ਹੁੰਦੀਆਂ ਨੇ ਸਰਕਾਰਾਂ, ਬਿਲਕੁਲ ਬਿਲਕੁਲ ਬਿਲਕੁਲ, ਯੂ ਐਸ ਐਸ ਆਰ ਦਾ ਕੰਮ ਮੈਂ ਕੀਤਾ, ਇਹਨਾਂ ਨੇ ਪਲੈਨਿੰਗ ਐਨਾਲਾਈਜ਼ ਕੀਤੀ ਸੀ, ਪਹਿਲਾਂ ਮੈਂ ਗਿਆ ਸੀਗਾ ਤਾਂ ਮੈਂ 26 ਜਨਵਰੀ ਨੂੰ ਗਿਆ ਸੀਗਾ ਫਰੋਮ ਲੈਫਟ ਸਾਈਡ ਤੋਂ, ਉੱਥੇ ਆਪਣਾ ਉਹ ਅਨਫੋਲਡ ਕਰਨਾ ਫਲੈਗ ਅੰਬੈਸੀ 'ਚ, 2 ਕਾਂਗਰਸ ਰਿਪ੍ਰੈਜੈਂਟ ਹੋ ਗਿਆ ਸੀ, 2 ਅਸੀਂ ਸੀਗੇ ਇੱਥੋਂ ਲੈਫਟੀਨੈਂਟ ਭੇਜਿਆ ਜੀ, ਮੈਂ ਤਾਂ ਲੈਫਟੀਨੈਂਟ, ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਭੇਜਣਾ, ਮੈਂ ਕਿਹਾ ਠੀਕ ਹੈ, ਉਹ ਤਾਂ ਮੈਂ ਸੋਚਿਆ ਚਲੋ ਐਗਰੀਕਲਚਰ ਮਿਨਿਸਟਰ ਨੂੰ ਮੈਂ ਆਪਣੀ ਕਰਸੀ ਕਾਲ ਕਰ ਲੈਣਾ, ਉਦੋਂ ਟੁੱਟਣ 'ਤੇ ਫਿਰਦਾ ਹੀ ਰਸ਼ੀ, ਅਤੇ ਮੈਂ ਗਿਆ, ਮੈਂ 92 ਦੀ ਗੱਲ ਹੈ ਕਿਤੇ, 92 ਦੀ ਤੋਂ ਪਹਿਲਾਂ ਦੀ ਆ, ਨੇੜੇ ਤੇੜੇ ਦੀ ਆ, ਉਹ ਤਾਂ ਜਦ ਟੁੱਟਿਆ ਉਦੋਂ ਮੈਂ ਉੱਥੇ ਸੀਗਾ, ਹਾਂਜੀ ਹਾਂਜੀ, ਅਤੇ ਮੈਂ ਮਿਨਿਸਟਰ ਨਾਲ ਜਦ 15 ਮਿੰਟ ਗੱਲ ਕੀਤੀ, ਮੈਂ ਕਿਹਾ ਜੀ ਵੀ ਅੱਜ ਪਲੇਨ ਜਾਣਾ ਹੈ ਅਤੇ ਮੇਰਾ ਠੀਕ ਹੈ ਵੀ ਮੈਂ ਹੁਣ ਜਾਣਾ, ਮੇਰੇ ਕੋਲ ਟਾਈਮ ਨਹੀਂ, ਮੈਨੂੰ ਕਹਿੰਦਾ ਯੂ ਕਾਂਟ ਗੋ, ਅੱਛਾ, ਜਾ ਨਹੀਂ ਸਕਦਾ, ਮੈਂ ਕਿਹਾ ਜੀ ਮੈਂ ਆ ਗਿਆ ਸਰਪ੍ਰਾਈਜ਼, ਤੁਸੀਂ ਕੱਲ੍ਹ ਨੂੰ ਜਾਓ, ਮੈਨੂੰ ਕਹਿੰਦਾ, ਮੈਂ ਕਿਹਾ ਜੀ ਕੱਲ੍ਹ ਨੂੰ ਤਾਂ ਫਲਾਈਟ ਹੀ ਹੈ ਨਹੀਂ, ਫਲਾਈਟ ਵਿਲ ਗੋ, ਕਹਿੰਦਾ, ਅੱਛਾ ਸਪੈਸ਼ਲ ਫਲਾਈਟ ਦਾ ਰਹੇ, ਦੂਜੇ ਦਿਨ ਉਹਨੇ 3 ਘੰਟੇ ਮੇਰੇ ਨਾਲ ਗੱਲਬਾਤ ਕੀਤੀ, ਮੈਨੂੰ ਕਹਿੰਦਾ ਮੈਂ ਇੰਡੀਆ 'ਤੇ ਆਇਆ ਤਾਂ ਮੈਂ ਤੁਹਾਨੂੂੰ ਮਿਲੂੰਗਾ, ਹੁਣ ਮੈਂ ਸਾਰਾ ਸੁਨੈਰੀ ਦੱਸਤਾ ਵੀ ਤੁਸੀਂ ਇਸ ਸਟੇਜ 'ਤੇ ਬੈਠੇ ਹੋ, ਬ੍ਰੇਕਿੰਗ ਡਾਊਨ, ਵੀ ਆਹ ਰੀਜ਼ਨਸ ਹੈਗੇ ਨੇ, ਅਤੇ ਚਲੋ ਉਹਨੂੰ ਬੜੇ ਧਿਆਨ ਨਾਲ ਸੁਣਿਆ, ਅਤੇ ਦੂਜੇ ਦਿਨ ਫਲਾਈਟ ਹੈ, ਅੱਧਾ ਜਹਾਜ਼ ਖਾਲੀ, ਮਤਲਬ ਇਹ ਇੱਕ ਪਾਸੇ ਤਾਂ ਆਹ ਲੈਵਲ ਹੈ ਜਿੰਨਾ ਨੇ ਕਰਨਾ ਹੈ, ਦੂਜੇ ਪਾਸੇ ਕਰਕਾ ਜੋਗੀ ਜੋਗੜਾ, ਮੇਰੀ ਇਹਨਾਂ ਨੇ ਇੱਕ ਗੱਲ ਸੌਖਾ ਨੂੰ ਗੱਲ ਨਹੀਂ ਸੁਣੀ, ਕਿਸੇ ਰਿਪੋਰਟ ਦਾ ਵਰਕਾ ਨਹੀਂ ਥੱਲਿਆ ਇਹਨਾਂ ਨੇ, ਕੀ ਕਰੋਗੇ ਤੁਸੀਂ ਉਹਨਾਂ ਨਹੀਂ, ਫਿਰ ਪਤਾ ਨਾ ਹੁਣ ਇਹ ਸ਼ਰਾਬੀ ਕਬਾਬੀ ਸਵੇਰੇ ਉੱਠ ਕੇ ਤਾਂ ਫੀਮ ਖਾ ਲੈਂਦੇ, ਪਤਾ ਇਹਨਾਂ ਨੂੰ ਲੱਗਦਾ ਨਹੀਂ, ਕਿਸੇ ਗੌਰਮੈਂਟ ਨੇ ਮੇਰੀ ਨਹੀਂ ਸੁਣੀ ਸੱਚੀ, ਆਹ ਗੌਰਮੈਂਟ ਤਾਂ ਬਿਲਕੁਲ ਹੀ ਆਫ ਹੋਈ ਹੋਈ ਹੈ, ਹਾਲਾਂਕਿ ਭਗਵੰਤ ਮਾਨ ਨੂੰ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, PPBS ਦੇ ਆਪਣਾ ਪੀਪਲ ਪਾਰਟੀ ਮਨਪ੍ਰੀਤ ਪਾਰਟੀ ਕੰਮ ਕੀਤਾ, ਔਰ ਮੈਨੂੰ ਅੰਕਲ ਜੀ ਕਹਿ ਕੇ ਬੁਲਾਉਂਦਾ ਉਹ, ਜਾਂ ਦੂਜੀ ਵਾਰੀ ਇਹ ਇਲੈਕਟ ਹੋਇਆ ਇੱਥੋਂ MP, ਤਾਂ ਮੈਨੂੰ ਟੈਲੀਫੋਨ ਰਾਤ ਨੂੰ ਆਇਆ, ਅੰਕਲ ਜੀ ਥੋਟਸ ਤੁਹਾਡੇ ਤਾਂ ਜਵਾਨ ਮੇਰੀ ਪਾਰਲੀਮੈਂਟ 'ਚ, ਇਹ ਉਹਨੇ ਗੱਲ ਕਹੀ ਮੇਰੇ ਨਾਲ, ਅੱਛਾ ਹੁਣ ਜ਼ਿਆਦਾ ਪਾਵਰ 'ਚ ਆ ਗਿਆ, ਮੈਂ ਹੁਣ ਮੁਬਾਰਕਾਂ ਦੀ ਚਿੱਠੀ ਦਿੱਤੀ, ਮੈਨੂੰ ਕਿਹਾ ਵੀ ਮੈਂ ਤਾਂ ਕੋਈ ਪੈਸਾ ਨਹੀਂ ਲੈਣਾ ਅਤੇ ਨਾ ਮੈਂ ਕੋਈ ਪੋਜੀਸ਼ਨ ਲੈਣੀ ਹੈ, ਲੇਕਿਨ ਜੇ ਮੇਰੀ ਤੁਹਾਨੂੰ ਤਾਂ ਮੈਂ ਆਇਆ ਅਵੇਲੇਬਲ, ਅੱਛਾ ਔਫ ਹੈ, ਚਿੱਠੀ ਦਾ ਜਵਾਬ ਵੀ ਨਹੀਂ ਆਇਆ, ਕੋਈ ਕੁਛ ਨਹੀਂ, ਕੋਈ ਕੰਟੈਕਟ ਨਹੀਂ, ਹੁਣ ਮੈਨੂੰ ਮੈਂ ਤਾਂ ਸਿਸਟਮ ਹੀ ਨਹੀਂ ਸਮਝ ਸਕਿਆ, ਸ਼ਰਮ ਆਉਂਦੀ ਹੈ ਜੀ ਸੁਣ ਕੇ ਗੱਲਾਂ, ਜਾਣੇ ਆਹ ਮੇਰੀ ਹਾਲਤ ਹੋਈ ਹੈ, ਸੋਲਿਊਸ਼ਨ ਸਾਰੇ ਹੈਗੇ, ਇਹ ਨਹੀਂ ਹੈ ਸੋਲਿਊਸ਼ਨ ਸਸਤੇ ਵੀ ਹੈ ਮਹਿੰਗੇ ਵੀ, ਹਰ ਤਰ੍ਹਾਂ ਲੈ ਗਿਆ, ਸੋ ਚਲੋ ਕੋਈ ਨਹੀਂ, ਫਿਰ ਸਹੀ ਗੱਲ ਕਰ ਲਾਂਗੇ, ਆਪਾਂ ਗੱਲਾਂ ਕੀਤੀਆਂ ਜੀ ਜੀ ਜੀ, ਆਪਣੇ ਦਿਲ ਦੀਆਂ ਜਿਹੜੀਆਂ ਗੱਲਾਂ ਤੁਹਾਨੂੰ ਚਾਰ ਮਹੀਨੇ ਗੱਲਾਂ ਨਾ ਆਉਣੀਆਂ ਚਾਹੀਦੀਆਂ, ਤਾਂ ਕਿ ਇਹਨਾਂ ਨੂੰ ਜਿਹੜੇ ਤੁਰੇ ਫਿਰਦੇ ਨੇ ਬਦਮਾਸ਼, ਇਹਨਾਂ ਨੂੰ ਮੈਂ ਨਹੀਂ ਕਹਿੰਦਾ ਕਿ ਮੈਂ ਹੀ ਐਕਸਪਰਟ ਹੈਗਾ, ਹੋਰ ਕਿਸੇ ਦੀ ਬੜੇ ਲੋਕ ਨੇ, ਸਿਆਣੇ ਨੇ, ਉਹ ਸਾਰੇ ਕਿਸੇ ਦੀ ਸੁਣਦੇ, ਜਿੰਨੇ ਵੀ ਇੰਟੈਲੈਕਚੁਅਲ ਲੋਕਾਂ ਨੂੰ ਅਸੀਂ ਮਿਲਦੇ ਹਾਂ, ਸਭ ਦੀ ਇਹੀ ਸ਼ਿਕਾਇਤ, ਰਿਪੋਰਟਾਂ ਗੌਰਮੈਂਟ ਨੇ ਬਲੋਕ ਡਿਵੈਲਪਮੈਂਟ ਦੀਆਂ ਰਿਪੋਰਟਾਂ ਬਣਾ ਬਣਾ ਕੇ ਸਾਰੇ ਯੂਨੀਵਰਸਿਟੀਆਂ ਤੋਂ ਲਈਆਂ, ਉਹ ਤਾਂ ਮਿੱਟੀ ਪਈ, ਕੋਈ ਜਿੱਦਣ ਉਹ ਸ਼ੁਰੂ ਕਰਨ ਲੱਗੇ, ਮੈਨੂੰ ਕਿਹਾ ਸੀ ਉਹ ਨਾ ਕਰੋ, ਤੁਹਾਡਾ ਟਾਈਮ ਖਰਾਬ ਹੋਣਾ, ਗੌਰਮੈਂਟ ਨੇ ਕੱਖ ਨਹੀਂ ਦੇਣਾ, ਮਿਨਿਸਟਰ ਬੈਠਾ ਉਹਦੇ ਮੂੰਹ 'ਤੇ ਕਿਹਾ, ਅੱਛਾ ਉਦੋਂ ਮਿਨਿਸਟਰ ਬੈਠਾ ਸੀ ਉਹਦਾ, ਅਤੇ ਫਾਈਨੈਂਸ ਮਿਨਿਸਟਰ, ਅਤੇ ਉਹ ਪੰਜਾਬ ਚੀਮਾ ਨਹੀਂ, ਉਸ ਪਿਛਲੀ ਸਰਕਾਰ, ਪਿਛਲੀ ਸਰਕਾਰ ਦੀ ਅਗਲੇ ਦੀ ਗੱਲ ਹੈ, ਉਹ ਕੈਪਟਨ ਕਮਲਜੀਤ ਹੁੰਦਾ ਜੀ ਉਦੋਂ, ਅੱਛਾ ਅੱਛਾ, ਇਹ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਨੇ ਹੁਣ ਇਨੀਸ਼ੀਏਟ ਕਰਨ ਲਈ ਮੈਨੂੰ ਸੱਦ ਲਿਆ, ਮੈਂ ਕਿਹਾ ਮੈਂ ਤੁਹਾਨੂੰ ਸਪਸ਼ਟ ਕਹਿੰਦਾ ਕਿ ਤੁਸੀਂ ਨਾ ਰਿਪੋਰਟ ਕਰੋ, ਤੁਹਾਡਾ ਟਾਈਮ ਵੇਸਟ ਹੋਣਾ,
ਔਰ ਇਸ ਬੰਦੇ ਨੇ ਤੁਹਾਡੀ ਕਿਸੇ ਬੰਦੇ ਨੇ ਤੁਹਾਡੀ ਰਿਪੋਰਟ ਨਹੀਂ ਮੈਨੂੰ ਐਗਜ਼ਾਮਪਲਾਂ ਦਿੱਤੀਆਂ ਤਾਂ ਕਿਸੇ ਨੇ ਮੂੰਹ ਚੱਕ ਕੇ ਤੁਹਾਡੇ ਇੱਕ ਨਹੀਂ ਦੇਖਣਾ ਤੁਹਾਡੇ ਤੁਹਾਡੇ ਇਹਨਾਂ ਨੇ ਨਹੀਂ ਰਿਪੋਰਟ ਖੋਲ੍ਹੀ ਉਹੀ ਗੱਲ ਹੋਈ ਸਾਰੀਆਂ ਯੂਨੀਵਰਸਿਟੀਆਂ ਤੋਂ ਰਿਸਰਚ ਸੈਂਟਰ ਤੋਂ ਇਹਨਾਂ ਨੇ ਬਲੋਕ ਰਿਪੋਰਟਾਂ ਬਣਾ ਲਈਆਂ ਮੈਨੂੰ ਅੱਜ ਕੱਲ੍ਹ ਦੱਸਣ ਕਿਸੇ ਦਾ ਵਰਕਾ ਫੁਰਿਆ ਇਹਨਾਂ ਨੇ ਇਹ ਮੈਂ ਮੇਰੀ ਆਪਣੀ ਹਾਲਤ ਨਹੀਂ ਮੈਂ ਦੱਸ ਰਿਹਾ ਤੁਹਾਨੂੰ ਬੜੇ ਜਿਹੜੇ ਐਕਸਪਰਟ ਲੋਕ ਨੇ ਟੋਟਲ ਸਿਸਟਮ ਦੀ ਗੱਲ ਦੱਸ ਰਿਹਾ ਜੀ ਨਹੀਂ ਗੱਲ ਤੁਹਾਡੀ 100% ਸਹੀ ਹੈ ਜੀ ਚਲੋ ਚਲੋ ਠੀਕ ਹੈ ਬਾਪੂ ਜੀ ਧੰਨਵਾਦ ਦਰਸ਼ਕਾਂ ਨੇ ਸਾਰੀ ਗੱਲਬਾਤ ਮੈਂ ਤਾਂ ਉਹਨਾਂ ਗੱਲਾਂ ਹੀ ਕੀਤੀਆਂ ਨਹੀਂ ਨਹੀਂ ਗੱਲਾਂ ਹੀ ਇਹੀ ਤਾਂ ਗੱਲਾਂ ਤਾਂ ਹੁੰਦੀਆਂ ਨੇ ਹੁਣ ਗੱਲਾਂ ਲੋਕ ਵੀ ਸੁਣ ਲੈਣ ਤਾਂ ਇਹ ਲੋਕਾਂ ਨੂੰ ਵੀ ਸ਼ਰਮ ਚਾਹੀਦੀ ਹੈ ਵੀ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਇੱਥੇ ਸ਼ਰਾਬੀ ਬਲਾਤਕਾਰੀ ਚਿੱਟਾ ਵੇਚਣ ਵਾਲੇ ਭੂ ਜਿਹੜਾ ਲੈਂਡ ਮਾਫੀਆ ਇਹਨਾਂ ਸਾਰੇ ਗੁੰਡੇ ਬਦਮਾਸ਼ਾਂ ਨੂੰ ਤੁਸੀਂ ਜਿਤਾ ਕੇ ਆਪਣੀ ਦਾੜੀ ਆਪ ਪਟਵਾ ਰਹੇ ਹੋ ਤੁਸੀਂ ਬਾਪੂ ਜੀ ਦੀ ਗੱਲ ਸੁਣ ਲਈ ਵੀ ਸੁਣ ਨਹੀਂ ਰਹੇ ਕਿਸੇ ਦੀ ਵੀ ਗੱਲ ਭਗਵੰਤ ਮਾਨ ਸਾਹਿਬ ਬੜੇ ਦਾਅਵੇ ਕਰਦੇ ਹੁੰਦੇ ਸੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਅਤੇ ਹੁਣ ਇੱਕ ਚਿੱਠੀ ਦਾ ਜਵਾਬ ਨਹੀਂ ਦੇ ਸਕੇ ਵੀ ਕੁਝ ਬਦਲਾਅ ਹੀ ਕਰਨਾ ਤਾਂ ਚੰਗੇ ਕੁਛ ਸੁਜੈਸ਼ਨ ਮੰਨ ਲਓ ਤੁਸੀਂ ਤੁਹਾਨੂੰ ਕੀ ਤਕਲੀਫ ਹੈ ਪਰ ਨਹੀਂ ਮੰਨਣਾ ਸਟੇਟ ਦੀ ਸਿਸਟਮ ਦੀ ਸੁਧਾਰ ਵਾਸਤੇ ਕੋਈ ਉਪਰਾਲਾ ਕਰਨਾ ਹੀ ਨਹੀਂ ਇਹਨਾਂ ਨੇ ਕਿਉਂਕਿ ਬਿਲਕੁਲ ਜਿਵੇਂ ਗੁਰੂ ਸਾਹਿਬ ਵੀ ਕਹਿੰਦੇ ਆ ਨਾ ਮਾਇਆਧਾਰੀ ਅਤ ਅੰਨਾ ਬੋਲਾ ਇਹ ਬਿਲਕੁਲ ਮਾਇਆਧਾਰੀ ਪੈਸੇ ਦੇ ਭੁੱਖੇ ਬਦਮਾਸ਼ ਅੰਨੇ ਬੋਲੇ ਹੋ ਚੁੱਕੇ ਨੇ ਇਹਨਾਂ ਨੇ ਕੋਈ ਗੱਲ ਤੁਹਾਡੀ ਨਹੀਂ ਸੁਣਨੀ ਤੁਸੀਂ ਵੋਟਾਂ ਪਾਉਣ ਲੱਗੇ ਘੱਟੋ ਘੱਟ ਸੋਚ ਲਿਆ ਕਰੋ ਤੁਹਾਡੀ ਹਾਲਤ ਇਹੀ ਲੋਕ ਮਾੜੀ ਕਰ ਰਹੇ ਨੇ ਔਰ ਉੱਪਰੋਂ ਤੁਹਾਨੂੰ ਜਾਤਾਂ ਪਾਤਾਂ ਦੇ ਨਾਂ 'ਤੇ ਧਰਮ ਦੇ ਨਾਂ 'ਤੇ ਆਪਸ ਦੇ ਵਿੱਚ ਲੜਾ ਰਹੇ ਨੇ ਤੁਸੀਂ ਪਾਗਲਾਂ ਦੀ ਹੱਦ ਦੇ ਤੱਕ ਜਾ ਕੇ ਇੱਕ ਬਹੁਤ ਨੀਚਤਾ ਦੀ ਹੱਦ ਤੱਕ ਜਾ ਕੇ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਗੰਦੀਆਂ ਗੰਦੀਆਂ ਗਾਲਾਂ ਕੱਢ ਰਹੇ ਇੱਕ ਦੂਸਰੇ ਨੂੰ ਉਹਦੇ ਵਿੱਚੋਂ ਨਿਕਲ ਕੀ ਰਿਹਾ ਆ ਤੁਸੀਂ ਜਿਨ੍ਹਾਂ ਨੂੰ ਜਿਨ੍ਹਾਂ ਦਾ ਤੁਸੀਂ ਜਵਾਬਦੇਹੀ ਲੈਣੀ ਸੀ ਉਹਨਾਂ ਵੱਲ ਤੁਸੀਂ ਤੁਹਾਡਾ ਧਿਆਨ ਹੀ ਨਹੀਂ ਹੈਗਾ ਤੁਸੀਂ ਆਪਸ ਦੇ ਵਿੱਚ ਲੜ ਰਹੇ ਹੋ ਹਿੰਦੂ ਵੀ ਲੜ ਰਹੇ ਨੇ ਮੁਸਲਮਾਨ ਵੀ ਲੜ ਰਹੇ ਨੇ ਸਿੱਖ ਵੀ ਲੜ ਰਹੇ ਨੇ ਈਸਾਈ ਵੀ ਲੜ ਰਹੇ ਨੇ ਸਾਰਾ ਕੁਝ ਤੁਹਾਡਾ ਢਾਂਚਾ ਇਹਨਾਂ ਨੇ ਹਿਲਾ ਕੇ ਰੱਖਤਾ ਔਰ ਉਹ ਉੱਪਰ ਬੈਠੇ ਮਲਾਈਆਂ ਖਾ ਰਹੇ ਨੇ ਤੁਹਾਡਾ ਤਮਾਸ਼ਾ ਦੇਖ ਰਹੇ ਨੇ ਤੁਸੀਂ ਤਮਾਸ਼ਾ ਜੋਕਰਾਂ ਦੀ ਤਰ੍ਹਾਂ ਬਾਂਦਰਾਂ ਦੀ ਤਰ੍ਹਾਂ ਇਹਨਾਂ ਦੇ ਮੂਹਰੇ ਨੱਚ ਰਹੇ ਹੋ ਨੱਚਣ ਤੋਂ ਭਾਵ ਇਹ ਕਿ ਤੁਸੀਂ ਲੜ ਰਹੇ ਹੋ ਇਸ ਹੱਦ ਤੱਕ ਨਾ ਗਿਰੋ ਆਪਸ ਦੇ ਵਿੱਚ ਇਕੱਠੇ ਹੋਵੋ ਤੁਹਾਡੀ ਹੀ ਤਾਕਤ ਦੇ ਨਾਲ ਇਹ ਲੋਕ ਮਜ਼ਾ ਲੈ ਰਹੇ ਨੇ ਤੁਸੀਂ ਆਪਣੀ ਤਾਕਤ ਆਪਣੇ ਵਾਸਤੇ ਵਰਤੋ ਇਹ ਤਾਕਤ ਤੁਸੀਂ ਆਪਣੀ ਆਪਣੇ ਵਾਸਤੇ ਕਦੋਂ ਵਰਤਣੀ ਆ ਕਿਵੇਂ ਵਰਤਣੀ ਆ ਇਹਦਾ ਜਵਾਬ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਇਹ ਜੰਜਾਲ 'ਚੋਂ ਨਿਕਲੋ ਇਹੀ ਮਾਇਆ ਇਹੀ ਤੁਹਾਡੇ ਆਲੇ ਦੁਆਲੇ ਇਹਨਾਂ ਨੇ ਜਾਲ ਬੁਣ ਦਿੱਤਾ ਭੁੱਲ ਚੁੱਕ ਦੀ ਮਾਫੀ ਧੰਨਵਾਦ।